ਕੁਮਾਰ ਜੀ ਪਰਸ਼ੋਤਮ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਆ। ਗੱਲਬਾਤ ਸਿਹਤ ਦੇ ਬਾਰੇ ਹੋਊਗੀ, ਇਹ ਸਿਹਤ ਬਾਰੇ ਵੀ ਦੱਸਣਗੇ ਤੇ ਸਾਨੂੰ ਸੇਧਾਂ ਵੀ ਦੇਣਗੇ ਜੀ। ਹਾਂਜੀ, ਸੇਧਾਂ ਤਾਂ ਜੀ ਵੇਖੋ ਇਨਸਾਨ ਨੂੰ ਅਕਾਲ ਪੁਰਖ ਹੀ ਦੇ ਸਕਦਾ ਜੀ, ਬੰਦਾ ਤਾਂ ਵਿਚਾਰਾ ਕੁਛ ਚੀਜ਼ ਨੀ। ਸੁਖਨੈਬ ਜੀ ਸੋ ਬੰਦੇ ਤਾਂ ਇੱਕ ਨਾ ਮਾਤਰ ਉਪਦੇਸ਼ ਜਾਂ ਚਾਰਾ ਹੀ ਹੋ ਸਕਦਾ ਹੈ, ਤੇ ਅਮਲ ਜਿਹੜਾ ਹੈ ਉਹ ਕੀ ਕਰਨਾ ਹੈ, ਤੇ ਕਿਰਪਾ ਗੁਰੂ ਦੀ ਹੋਣੀ ਹੈ ਕਿ ਤਾਂ ਹੀ ਇਹ ਸਾਰਾ ਕੁਛ ਜਿਹੜਾ ਹੈ ਸਿਹਤ ਪ੍ਰਤੀ ਸੌਲਵ ਹੋ ਸਕਦਾ ਹੈ। ਪਰ ਕਈ ਕਿਰਪਾ ਜਿਹੜੀਆਂ ਨੇ ਅਸੀਂ ਆਪਦੇ ਆਪ ਤੇ ਵੀ ਕਰਨੇ ਆ, ਤੇ ਕਈ ਆਪਾਂ ਆਪਦੇ ਆਪ ਹੋਣ ਵੀ ਨਹੀਂ ਦੇਣ ਕਾਰਨੇ ਆ। ਵੇਖੋ ਭਾਵੇਂ ਮੈਂ ਵੀ ਜਿਮੀਦਾਰਾਂ ਸੰਬੰਧਤ ਸਾਰੇ ਹੀ ਆ, ਪਰ ਜਿਹੜਾ ਪਰਾਲੀ ਸਾੜਨ ਵਾਲਾ ਹੈ ਜਿੱਤਾਂ ਤੇ ਤਾਂ ਇਹ ਬੜੀ ਗਾਜ ਕਰਾਉਂਦੇ ਨੇ ਸਰਕਾਰ ਵਾਲੇ, ਲੇਕਿਨ ਜਿਹੜੇ ਆਹ ਪਟਾਕੇ ਨੇ ਆਤਿਸ਼ਬਾਜ਼ੀ ਏ ਜਿਹਦਾ ਕੋਈ ਮਸਲਾ ਨੀ, ਕੋਈ ਮਕਸਦ ਨੀ, ਇਹਨਾਂ ਨੇ ਇੱਕ ਦੁਕਾਨਦਾਰਾਂ ਨੇ ਜਾਂ ਹੋਰਨਾਂ ਲੋਕਾਂ ਨੇ ਜਿੰਨਾ ਪੈਸੇ ਵੱਟਣ ਦਾ ਇੱਕ ਸਾਧਨ ਬਣਾਇਆ, ਇਹ ਉਦੋਂ ਵੀ ਕਈ ਗੁਣਾ ਵੱਡਾ ਪ੍ਰਦੂਸ਼ਣ ਏ ਜਿਹੜਾ ਇੱਕ ਬਹੁਤ ਜ਼ਿਆਦਾ ਜ਼ਹਿਰ ਫੈਲਦਾ। ਉਹ ਤਾਂ ਇੱਕ ਕੱਲਾ ਧੂਆਂ ਹੈ ਨਾ, ਇਹਦੇ ਨਾਲ ਕਈ ਜ਼ਹਿਰੀਲੇ ਐਸੇ ਤੱਤ ਨੇ ਜਿਹੜੇ ਹਵਾ ਦੇ ਵਿੱਚ ਰਲਦੇ ਨੇ ਔਰ ਤੁਹਾਨੂੰ ਬਹੁਤ ਜ਼ਿਆਦਾ ਜਿਹੜੇ ਨੇ ਉਹ ਘਾਤਕ ਨੇ। ਦੂਸਰਾ ਪੈਸੇ ਦਾ ਨੁਕਸਾਨ ਹੈ, ਇਹਨੂੰ ਮਨੁੱਖਤਾ ਦੀ ਸੇਵਾ ਚ ਲਾਓ, ਇਹਨੂੰ ਕਿਸੇ ਨੇਕ ਕੰਮਾਂ ਚ ਲਾਓ, ਇਹਨੂੰ ਪਟਾਕਿਆਂ ਚ ਨਾ ਲਾਓ ਤੇ ਆਪਦੇ ਆਪ ਨੂੰ ਪ੍ਰਦੂਸ਼ਣ ਆਪਦੀ ਆਪ ਨਾ ਫੈਲਾਓ। ਚਲੋ ਜੇ ਕੋਈ ਕੁਦਰਤੀ ਫੈਲਦਾ ਹੈ ਤੇ ਦੂਸਰਾ ਜਿਵੇਂ ਹੁਣ ਦੱਸ ਰਹੇ ਜੇ ਤੁਹਾਡੇ ਜਿਵੇਂ ਅੰਮ੍ਰਿਤਸਰ ਵੀ ਇੱਧਰ ਭਿੱਖੀ ਵਣ ਉਲੰਘਿਆ, ਕਿੰਨੀ ਉੱਥੇ ਬਦਬੂ, ਕਿੰਨੇ ਕਿੱਲਿਆਂ ਦੇ ਵਿੱਚੋਂ ਗਾਂਦੇ। ਰੱਬ ਕਰੇ ਸਾਡੀਆਂ ਇਹਨਾਂ ਸਰਕਾਰਾਂ ਨੂੰ ਇਸ ਹਕੂਮਤ ਨੂੰ ਇੰਨੀ ਸਮਝ ਆ ਜੇ ਅਸੀਂ ਓਨੇ ਮੁਸ਼ਕ ਚੋਂ ਓਨੀ ਗੰਦਗੀ ਚੋਂ ਆਪਦੀ ਇਸ ਮਨੁੱਖਤਾ ਨੂੰ ਕੱਢ ਸਕੀਏ। ਪਿੱਛੇ ਜੇ ਮੈਂ ਆਇਆ ਸੁਖਨੈਬ ਜੀ, ਮੈਂ ਵੈਸੇ ਬਹੁਤ ਲੰਮੇ ਸਮੇਂ ਬਾਅਦ ਆਇਆ ਸਾ ਇੰਡੀਆ ਜੀ, ਤੇ ਪਟਿਆਲੇ ਤੋਂ ਜਦੋਂ ਦੇਵੀਗੜ੍ਹ ਨੂੰ ਨਿਕਲੀ ਦਾ ਉੱਥੇ ਇੱਕ ਉੱਚੇ ਜੇ ਜਗ੍ਹਾ ਤੇ ਇੰਨਾ ਗੰਦ ਫੂਸ ਜਿਵੇਂ ਆਮ ਸੁੱਟਦੇ ਨੇ, ਉਥੋਂ ਨਿੱਕੇ ਨਿੱਕੇ ਬੱਚੇ ਵਿੱਚੋਂ ਚੁਗ ਕੇ ਲੋਕਾਂ ਦੇ ਟੱਕਰੇ ਜਾਂ ਵਿੱਚੋਂ ਬਿਸਕੁਟਾਂ ਦੇ ਟੋਟੇ ਉਹਨਿਆਂ ਹੀ ਗੰਦਾ ਹੱਥਾਂ ਦੇ ਨਾਲ ਖਾਣ ਡਿਆ ਸੀ, ਤੇ ਵੇਖ ਕੇ ਸੋਚਿਆ ਵੀ ਹੇ ਕੁਦਰਤ ਵਾਲਿਆ ਵੇਖ ਲੋ, ਇਹ ਵੀ ਤਾਂ ਤੇਰਾ ਮਨੁੱਖ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਤੋਜ ਵਡਾਣਾ ਹੈ, ਤੇ ਉਸ ਦਾਤੇ ਦਾ ਹੀ ਕਰਤਵ। ਬਸ ਇਸ ਮਨੁੱਖਤਾ ਨੂੰ ਪਛਾਣੋ, ਜਿਵੇਂ ਡੰਗਾਈ ਚ ਪਛਾਣੋਗੇ, ਮਨੁੱਖਤਾ ਦੀ ਕਦਰ ਕਰਨੀ ਸ਼ੁਰੂ ਕਰ ਦਿਓ, ਆਪਦੀ ਆਪ ਰਹਿਮਤਾ ਤੁਹਾਡੇ ਅੰਦਰ ਆਪੇ ਹੀ ਕੁਦਰਤ ਵਸਾ ਦੇਗੀ। ਜਿਵੇਂ ਦਿਲ ਨਰਮ ਹੁੰਦਾ ਜਾਏਗਾ ਉਸੇ ਤਰ੍ਹਾਂ ਜਿਵੇਂ ਕਠਾਲੀ ਚ ਪਿਆ ਸੋਨਾ ਸਾਫ਼ ਤੇ ਸੁੰਦਰ ਹੁੰਦਾ ਜਾਂਦਾ ਹੈ, ਜੇ ਕਿਤੇ ਤੁਸੀਂ ਇਸ ਸਾਂਚੇ ਦੇ ਵਿੱਚ ਆਪਦੇ ਆਪ ਨੂੰ ਢਾਲਣਾ ਸ਼ੁਰੂ ਕਰਦੇ, ਹਰੇਕ ਕੋਈ ਜਿੱਥੇ ਵੀ ਕੋਈ ਬੈਠਾ ਜਿੰਨਾ ਵੀ ਕਰ ਸਕਦਾ ਜੀ ਓਨਾ ਕਰਨਾ ਸ਼ੁਰੂ ਕਰ ਦਿਓ, ਤੇ ਤੁਸੀਂ ਹੋ ਸਕਦਾ ਹੈ ਇਸ ਚੀਜ਼ਾਂ ਤੋਂ, ਇਸ ਪ੍ਰਦੂਸ਼ਣਾਂ ਤੋਂ, ਇਹਨਾਂ ਕੰਮਾਂ ਤੋਂ ਤੁਸੀਂ ਬਿਲਕੁਲ ਰਹਿਤ ਹੋ ਜਾਵੋ। ਸੋ ਸੁਖਨੈਬ ਜੀ ਚਲੋ ਭੈਣ ਭਰਾਵਾਂ ਦੀਆਂ ਕਾਲਾਂ ਜਿਹੜਾ ਹੋਣਗੀਆਂ, ਆਪਾਂ ਸੇਧਾਂ ਦੇਣ ਨਾਲੋਂ ਇਸ ਸਿਹਤ ਪ੍ਰਤੀ ਜਿਹੜੀਆਂ ਨੇ ਉਹ ਦੋ ਚਾਰ ਗੱਲਾਂ ਜ਼ਰੂਰ ਉਹਨਾਂ ਨੂੰ ਦੱਸੀਏ ਕਰੀਏ ਜੀ। ਇੱਕ ਤਾਂ ਇਹ ਸੀਗਾ ਜੀ ਕਿ ਆਪਾਂ ਪਿਛਲੇ ਹਫ਼ਤੇ ਜਿਹੜੀ ਆਟਿਜ਼ਮ ਦੀ ਗੱਲ ਕੀਤੀ ਸੀ ਉਹਦੇ ਵਿਚ ਬਾਈ ਜੀ ਹੋਰੇ ਦੱਸਿਆ ਕਿ ਚਾਰ ਚੀਜ਼ਾਂ ਤੁਸੀਂ ਦੱਸੀਆਂ ਸੀ, ਪਨੀਰ ਡੋਡੀਆ ਤੇ ਚਰਾਇਤਾ ਉਹ ਮਿਲ ਜਾਂਦਾ ਜੀ, ਪਰ ਇਫਲਾਤੀਨ ਤੇ ਜਿਹੜਾ ਨਾਲ ਇੱਕ ਹੋਰ ਤੁਸੀਂ ਦੱਸਿਆ ਸੀ ਪਿੱਤ ਪਾਪੜਾ ਉਹ ਨਹੀਂ ਮਿਲਦਾ, ਉਹ ਕਿੱਥੋਂ ਮਿਲ ਸਕਦਾ, ਕਿਵੇਂ ਮਿਲ ਸਕਦਾ ਜਰੂਰ ਦੱਸਿਓ। ਵੈਸੇ ਵੱਡਿਆਂ ਨੂੰ ਵੀ ਹੋ ਜਾਂਦਾ ਹੈ ਪਰ ਨਿੱਕੇ ਬੱਚੇ ਤੇ ਆਮ ਹੁੰਦਾ ਹੈ, ਬੱਚਾ ਜਿਵੇਂ ਹੱਥ ਚ ਰੁਮਾਲ ਫੜ ਲਿਆ ਉਹਨੂੰ ਘੁਮਾਉਣ ਲੱਗ ਪਿਆ, ਦੇਖਣ ਚ ਸੋਹਣਾ ਸੁੰਦਰ ਲੱਗਦਾ, ਐਂ ਜਾਪਦਾ ਜਿਵੇਂ ਬਿਲਕੁਲ ਤੰਦਰੁਸਤ ਆ, ਪਰ ਉਹ ਬ੍ਰੇਨ ਦਾ ਬ੍ਰੇਨ ਦੀ ਵੀਕਨੈਸ ਇੱਕ ਐਸੀ ਹੁੰਦੀ ਹੈ ਜਿਹਦੇ ਨਾਲ ਵੇਖੋ ਪਨੀਰ ਡੋਡੀਆ ਇਫਲਾਤੀਨ ਚਰੈਤਾ ਤੇ ਪਿੱਤ ਪਾ। ਮੈਂ ਤੁਹਾਨੂੰ ਇੰਨਾ ਜ਼ਰੂਰ ਦੱਸ ਸਕਦਾ ਵੀ ਜਿਵੇਂ ਕਈਆਂ ਜਗ੍ਹਾ ਤੋਂ ਮੈਂ ਜਾਣਦਾ ਜਿਵੇਂ ਆਪਣਾ ਕਪੂਰਥਲੇ ਆ ਤਾਂ ਉੱਥੇ ਉਹ ਜਿਹੜਾ ਸਿੱਧਾ ਮੇਨ ਬਾਜ਼ਾਰ ਆ ਉੱਥੇ ਇੱਕ ਪੰਸਾਰੀ ਉਹਦੇ ਕੋਲੋਂ ਮਿਲ ਜਾਂਦਾ ਹੈ। ਜੇ ਤੁਸੀਂ ਪਟਿਆਲੇ ਆ ਜਾਓ ਚਾਰ ਬਾਜ਼ਾਰ ਦੇ ਵਿੱਚ ਘੱਟੋ ਘੱਟ 100 ਦੁਕਾਨਾਂ ਨੇ ਉੱਥੋਂ ਮਿਲ ਜਾਂਦਾ ਹੈ। ਅਗਰ ਜੇ ਤੁਸੀਂ ਮਲੋਟ ਜਾਂਦੇ ਹੋ ਤੇ ਸੌਣ ਮਲ ਪੰਸਾਰੀ ਮਲੋਟ ਸਬਜ਼ੀ ਮਾਰਕੀਟ ਦੇ ਨਾਲ ਉਹਨਾਂ ਕੋਲੋਂ ਇਹ ਮਿਲ ਜਾਂਦਾ ਹੈ। ਜਿੰਨਾਂ ਲੋਕ ਮੈਨੂੰ ਬਠਿੰਡੇ ਮਨੋਹਰ ਦੀ ਹੱਟੀ ਆ ਉਹਨਾਂ ਤੋਂ ਵੀ ਮਿਲ ਸਕਦਾ। ਹਾਂਜੀ ਉਹਨਾਂ ਤੋਂ ਮੈਂ ਇਸ ਤਰ੍ਹਾਂ ਸੁਖਨੈਬ ਜੀ ਮੈਂ ਵੇਖੋ ਮੈਂ ਤਾਂ ਨੀ ਗਿਆ, ਨਾ ਆਪਾਂ ਕਿਸੇ ਨੂੰ ਆਣੇ ਵੀ ਫਲਾਣੀ ਤੋਂ ਲਵੋ, ਪਰ ਤੁਸੀਂ ਆਪਦੀ ਆਪ ਜਿੱਥੋਂ ਮਰਜ਼ੀ ਉਹ ਖਰੀਦ ਸਕਦੇ ਹੋ। ਇੱਕ ਨਾਰਮਲ ਜੀ ਚੀਜ਼ ਏ ਆਪਣੇ ਕਣਕਾਂ ਦਾ ਜਿਹਨੂੰ ਆਪਾਂ ਨਦੀਨ ਕਹਿੰਦੇ ਆ ਗੰਦ ਭੂਸੇ ਸੀਗਾ ਤਾਂ ਇਹੋ ਏ ਆਪਾਂ ਪੱਟਨੇ ਆ, ਪਰ ਬਿਨਾਂ ਜਾਣਕਾਰੀ ਤੋਂ ਆਪਾਂ ਸਿਉਣੇ ਨੂੰ ਵੀ ਆਪਾਂ ਲੋਹਾ ਸਮਝ ਕੇ ਸੁੱਟੀ ਜਾਂਦੇ ਆ, ਜਿਹੜਾ ਸਾਡੇ ਸਿਹਤ ਲਈ ਬੜਾ ਗੁਣਕਾਰੀ ਹੈ।
ਤੇ ਪਨੀਰ ਡੋਡੀਆ, ਇਸਲਾ ਤੀਨ, ਚਰੈਤਾ ਤੇ ਪਿੱਤ ਪਾਵੜਾ, ਉਹ ਚਾਰੇ ਚੀਜ਼ਾਂ ਦਿੱਤੀਆਂ ਜਾਣ। ਦੂਸਰਾ ਉਹਨੂੰ ਜਿਹੜੀ ਬੇਸਣ ਫਰਕੜੀ ਵਾਲੀ ਦਵਾਈ ਮੇਰੀ ਯੂਟਿਊਬ ਤੇ ਵੀ ਪਾਈ ਹੈ, ਜਾ ਕੇ ਉੱਥੇ ਵੀ ਤੁਸੀਂ ਵੇਖ ਸਕਦੇ ਹੋ ਪਰਸ਼ੋਤਮ ਸਿੰਘ ਪਾ ਕੇ, ਤਾਂ ਉਸੇ ਤਰੀਕੇ ਨਾਲ ਤੁਸੀਂ ਬਣਾਓ ਕਿ ਕਦੀ ਵੀ ਕਿਸੇ ਨੂੰ ਬ੍ਰੇਨ ਦੇ ਨਾਲ ਇਹ ਜੀ ਕੁਛ ਕਹਿ ਦਿਆ ਜੇ ਹਾਰਟ ਦੇ ਨਾਲ ਰਿਲੇਟਡ ਜਿਵੇਂ ਨਾੜਾਂ ਬੰਦ ਰਹੇ, ਡਾਕਟਰਾਂ ਦੇ ਨੇ ਤੇਰੀ ਓਪਨ ਹਾਰਟ ਸਰਜਰੀ ਕਰਾਂਗੇ ਜਾਂ ਬਾਈਪਾਸ ਤੇਰੀ ਸਰਜਰੀ ਕਰਾਂਗੇ, ਭਾਈ ਤੁਸੀਂ ਉਸ ਚੀਜ਼ ਤੋਂ ਇੱਕ ਮਹੀਨੇ ਬਾਅਦ ਤੁਹਾਡੀਆਂ ਨਾੜਾਂ ਜੇ ਉਹਨਾਂ 70% ਜਾਂ 80% ਜਾਂ 90% ਵੀ ਆਖੀਆਂ ਨੇ, ਜਿਹੜੀ ਮੇਰੇ ਕੋਲ ਫੀਡਬੈਕ ਆ, ਜਿਹੜੀ 90% ਵਾਲੀ ਇੱਕ ਮਹੀਨੇ ਬਾਅਦ 40 ਹੈਗੀ ਤੇ ਜਿਹੜੀਆਂ 40-45 ਸਨ ਉਹ ਬਿਲਕੁਲ ਕਲੀਅਰ ਹੋ ਗਈਆਂ। ਸੋ ਕਹਿਣ ਤੋਂ ਭਾਵੇ ਟੋਟਲ ਤੁਸੀਂ ਜੇ 2 ਜਾਂ 3 ਮਹੀਨੇ ਖਾਂਦੇ ਹੋ ਤੇ ਤੁਸੀਂ ਇਸ ਨਾਲੀਆਂ ਜਿਹੜੀਆਂ ਹਾਰਟ ਦੀਆਂ ਨਾਲੀਆਂ ਬਲੋਕ ਜਾਂਦੀਆਂ ਨੇ ਜਾਂ ਤੁਹਾਡੇ ਗੋਡਿਆਂ ਤੋਂ ਥੱਲੇ ਪੈਰ ਨਾਮ ਹੋ ਜਾਂਦੇ ਨੇ ਉਹ ਨਾੜਾਂ ਬਲੋਕ ਜਾਂਦੀਆਂ ਨੇ ਤੇ ਤੁਸੀਂ ਸਦਾ ਲਈ ਉਹਦੇ ਤੋਂ ਨਿਜਾਤ ਪਾ ਸਕਦੇ ਜੀ, ਉਹ ਆਪਦੇ ਆਪ ਨੂੰ ਸਿਹਤਯਾਬ ਕਰ ਸਕਦੇ ਜੀ। ਇੱਕ ਸਵਾਲ ਸੀਗਾ ਜੀ ਕਿ ਬਾਬਾ ਸਾਹਿਬ ਸੀਰ ਦਾ ਜਿਹੜਾ ਇਲਾਜ ਹੈ ਉਹਦੇ ਚ ਨਿੰਮ ਦੀਆਂ ਗਟੋਲੀਆਂ ਦੇ ਬਾਰੇ ਤੁਸੀਂ ਦੱਸਿਆ ਸੀ, ਨਾਲ ਨਿਗਾਹ ਦੇ ਬਾਰੇ ਵੀ ਸੀਗੀਆਂ, ਦੋਨੇ ਕੀ ਸੀ ਉਹ? ਦੇਖੋ ਸੁਖਨੈਬ ਜੀ, ਜਿਹੜਾ ਖਾਸ ਕਰਕੇ ਬਾਬਾ ਸੀਰ ਦਾ, ਠੀਕ ਹੈ ਸਾਰਿਆਂ ਨੂੰ ਨਹੀਂ, ਪਰ ਬਾਬਾ ਸੀਰ ਦਾ ਅਗਰ ਜੇ ਕਿਸੇ ਵੇਲੇ ਕੋਈ 2 ਜਾਂ ਕਈਆਂ ਨੇ 3-3 ਵਾਰਾਂ ਆਪਰੇਸ਼ਨ ਵੀ ਕਰਾਇਆ ਤੇ ਮੌਕੇ ਫੇਰ ਫੁੱਟ ਜਾਂਦੇ ਨੇ। ਮੇਨ ਜਿਹੜੀ ਬਵਾਸੀਰ ਆ 4 ਕਿਸਮਾਂ ਚੰਗੀ, ਪਰ ਜੇ ਤੁਸੀਂ ਵੇਖੋ ਜਿਹੜੀ ਮੂਲੀ ਦਾ ਪਾਣੀ ਹੈ, ਜਿਵੇਂ ਹੁਣ ਖਾਸ ਕਰਕੇ ਹੁਣ ਮੂਲੀਆਂ ਸੱਜਰੀਆਂ ਹੋ ਜਾਂਦੀਆਂ ਨੇ, ਮੂਲੀਆਂ ਚ ਪਾਣੀ ਵੀ ਸੱਜਰਾ ਹੋਏਗਾ, ਵਧੀਆ ਹੋਏਗਾ, ਜ਼ਿਆਦਾ ਹੋਏਗਾ, ਕਹਿਣ ਤੋਂ ਭਾਵੇ ਸੀਜ਼ਨ ਹੈ। ਜਦੋਂ ਮੂਲੀ ਦਾ ਪਾਣੀ 1.5 ਕਿਲੋ ਜਾਂ 2 ਕਿਲੋ ਕੱਢ ਲਓ, ਜਿਹਦੇ ਵਿਚ 20 ਜਾਂ 25 ਗ੍ਰਾਮ ਸੌਂਤ ਪਾ ਲਓ, ਚਾਰੇ ਚਵੈਨ ਪਾ ਲਓ, ਵਿਚ ਤੁਸੀਂ ਜਿਹਨੂੰ ਸ਼ਮਕਨ ਮੂਲੀ, ਕੰਡਿਆਲੀ ਨਮੋਲੀ ਵੀ ਕਹਿੰਦੇ ਆ ਖਾਸ ਕਰਕੇ, ਉਹ ਥੋੜੀ ਜਿਹੀ ਜਿਵੇਂ 10-20 ਗ੍ਰਾਮ ਉਹ ਵੀ ਪਾ ਸਕਦੇ ਹੋ, ਤੇ ਤੁਸੀਂ ਨਿੰਮ ਦੀਆਂ ਨਮੋਲੀਆਂ ਦਾ ਪਾਊਡਰ। ਪਰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਦਾ, ਤੁਹਾਡੀ ਸਿਹਤ ਲਈ ਬਹੁਤ ਵਧੀਆ, ਵੇਖੋ ਨਾ ਹਿੰਗ ਲੱਗੇ ਨਾ ਫਰਕੜੀ ਨਾਲੇ ਰੰਗ ਦੂਵੇ, ਜਿਵੇਂ ਹੁਣ ਨਿੰਮਾ ਨੂੰ ਬਾਰਿਸ਼ ਤੋਂ ਬਾਅਦ ਨਮੋਲੀਆਂ ਜਿਹੜੀਆਂ ਨੇ ਕੱਟੀਆਂ ਹੁੰਦੀਆਂ ਨੇ, ਪੱਕਦੀਆਂ ਨੇ, ਨਮੋਲੀ ਨੂੰ ਤੁਸੀਂ ਲਾ ਕੇ ਉਹਨੂੰ ਚੂਸ ਕੇ ਵੇਖੋ, ਵਿੱਚੋਂ ਇੱਕ ਨਾਰਮਲ ਜੀ ਮਿਠਾਸ ਨਿਕਲਦੀ, ਅਗਰ ਜੇ ਤੁਸੀਂ ਉਹਨੂੰ ਵੀ ਚੂਸਦੇ ਰਹੋ ਜਿਵੇਂ ਸੀਜ਼ਨ ਦੇ ਵਿੱਚ, ਤਾਂ ਤੁਹਾਡੀ ਜਿਹੜੀ ਉਹ ਬਵਾਸੀਰ ਆ ਤੁਹਾਨੂੰ ਤਾਂ ਵੀ ਨਹੀਂ ਹੁੰਦੀ। ਅਗਰ ਜੇ ਖੂਨ ਨਾਲ ਕੋਈ ਇਨਫੈਕਸ਼ਨ ਹੁੰਦੀ ਹੈ ਜਾਂ ਬਾਥਰੂਮ ਦੀ ਜਿਵੇਂ ਖੂਨ ਲੱਗ ਕੇ ਆਉਣਾ ਹੈ, ਵਿੱਚ ਬਲੱਡ ਆਉਂਦਾ ਹੈ ਵਿੱਚ ਕੁਛ, ਤੇ ਉਹਨੂੰ ਵੀ ਉਹ ਜੜ ਤੋਂ ਢਾਉਣ ਦੀ ਪਾਵਰ ਰੱਖਦੀ ਹੈ, ਪਰ ਉਹ ਨਿਰੀ ਨਿੰਮ ਦੀ ਉਹ ਨਮੋਲੀ ਨਾ ਸਮਝ ਲਓ, ਤੁਹਾਡੇ ਕੀ ਇੱਕ ਰਾਮ ਬਾਂਗ ਦਾ ਫ੍ਰੀ, ਜਿਵੇਂ ਅਕਾਲ ਪੁਰਖ ਨੇ ਵੇਖੋ ਜਿਵੇਂ ਕਈ ਚੀਜ਼ਾਂ ਐਸੀਆਂ ਨੇ ਬੰਦੇ ਦੀ ਪਹੁੰਚ ਤੋਂ ਬਾਹਰ ਨੇ, ਖੂਨ ਅੱਜ ਤੱਕ ਭਾਵੇਂ ਕਿੰਨੀ ਵੀ ਦੁਨੀਆਂ ਐਡਵਾਂਸ ਹੋ ਗਈ, ਖੂਨ ਨੀ ਕੋਈ ਵੀ ਬਣਾ ਸਕਿਆ, ਜਿਵੇਂ ਸੇਬ ਚੋਂ ਲਾ ਲਓ ਜਾਂ ਰੋਟੀ ਚੋਂ ਲਾ ਲਓ, ਅਕਾਲ ਪੁਰਖ ਨੇ ਲੀਵਰ ਇੱਕ ਐਸੀ ਚੀਜ਼ ਦਿੱਤੀ ਜੋ ਤੁਹਾਡਾ ਫੂਡ ਹਜਮ ਹੁੰਦਾ ਹੈ ਉਹਦੇ ਵਿੱਚੋਂ ਖੂਨ ਬਣਾਉਂਦਾ, ਤੇ ਜਿਸ ਤਰ੍ਹਾਂ ਕਿ ਅੱਖ ਆ ਸਾਡੀ ਪਲਾਸਟਿਕ ਦੀ ਪਾ ਸਕਦੇ ਨੇ, ਪੱਥਰ ਦੀ ਪਾ ਸਕਦੇ ਨੇ, ਪਰ ਕਿਸੇ ਸਾਇੰਸਟਿਸਟ ਨੇ ਅੱਜ ਤੱਕ ਉਹ ਅੱਖ ਨਹੀਂ ਬਣਾਈ ਜੋ ਅਕਾਲ ਪੁਰਖ ਨੇ ਤੁਹਾਨੂੰ ਲਾਈ, ਜਿਹਦੇ ਵਿੱਚ ਤੁਹਾਨੂੰ ਲਾਈਟ ਆਉਂਦੀ ਔਰ ਬੜਾ ਸੋਹਣਾ ਸੂਟਰ ਜਿਹੜਾ ਉਹ ਦਿਸਦਾ। ਸੋ ਤੁਸੀਂ ਇਸ ਉਸ ਨਿੰਮ ਦੀਆਂ ਨਮੋਲੀਆਂ ਨੂੰ ਪਾਊਡਰ ਦੇ ਰੂਪ ਵਿੱਚ ਜੇ ਤੁਸੀਂ ਆਪ ਛਾਵੇਂ ਸੁਕਾ ਕੇ ਰੱਖਿਆ ਉਹ ਵੀ ਵਿੱਚ ਪਾ ਲਓ, ਤੁਸੀਂ ਸੁਖਨੈਬ ਜੀ ਉਹਨੂੰ ਸਲੋ ਅੱਗ ਤੇ ਬਿਲਕੁਲ ਉਖਾੜੋ, ਤੇ ਜਿੱਦਾਂ ਆਪਣੇ ਬਾਹਰ ਮਲਿਆਂ ਦੇ, ਅੱਜ ਕੱਲ ਤਾਂ ਚਲੋ ਵੱਡੇ ਗਏ ਨੇ ਖਤਮ ਹੋ ਗਿਆ, ਛੋਟੇ ਮਲੇ ਜਿਹਨੂੰ ਕੋਕਣੀ ਬੇਰਾਂ ਦੇ ਸਨ, ਉਹਦੇ ਬੇਰਾਂ ਜਿੰਨੀਆਂ ਸਵੇਰੇ ਦੁਪਹਿਰੇ ਸ਼ਾਮ ਉਹ ਗੋਲੀ ਖਾਂਦੇ ਰਹੋ, ਸਾਡੀ ਜੜ੍ਹ ਦੇ ਉੱਤੋਂ ਜਿਹੜੀ ਬਵਾਸੀਰ ਆ ਚਾਹੇ ਉਹ ਖੂਨੀ ਹੋਵੇ ਚਾਹੇ ਬਾਦੀ ਉਹ ਚਲੀ ਜਾਂਦੀ ਹੈ। ਪਰ ਪਿਛਲੀ ਵਾਰਾਂ ਚ ਸ਼ਾਇਦ ਮੈਂ ਤੁਹਾਨੂੰ ਇੱਥੇ ਬੋਲ ਕੇ ਦੱਸਿਆ ਸੀ ਇੱਕ ਛੋਟਾ ਜਿਹਾ ਮੰਤਰ ਹੈ, ਕਿਉਂਕਿ ਜਿਹਨਾਂ ਨੇ ਇਹ ਅਰਾਧਨਾ ਕਰਕੇ ਕੋਈ ਚੀਜ਼ਾਂ ਲੱਗੀਆਂ ਸੀ, ਵੈਸੇ ਮੈਂ ਕਿਸੇ ਨੂੰ ਗਲਤ ਰਾਹ ਨਹੀਂ ਪਾਉਂਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਪਰ ਇੰਨਾ ਜ਼ਰੂਰ ਆ ਵੀ ਉਹਨਾਂ ਦਾ ਵੀ ਕੋਈ ਹੈ ਸੀ ਰੋਲ, ਜਿਹੜੇ ਖੁਰਾਸਾਨ ਕੀ ਪੈਣੀ ਸ਼ਾ ਖੂਨੀ ਬਾਦੀ ਦੋਨੋਂ, ਜਾਂ ਜੇ ਤੁਸੀਂ ਟੋਇਲਟ ਸੀਟ ਤੇ ਜਾਂਦੇ ਆ ਇਹ ਬੈਠੇ ਪੜ੍ਹਦੇ ਹੋ ਜਾਂ ਜ਼ਿਆਦਾ ਬਾਬਾ ਸੀ ਦੀ ਸ਼ਿਕਾਇਤ, ਉੱਠਦੇ ਬਹਿੰਦੇ ਪੜ੍ਹਦੇ ਹੋ ਤੇ ਤੁਸੀਂ ਅੱਜ ਪੜ੍ਹ ਕੇ ਵੇਖ ਲਓ, ਅਗਲੇ ਦਿਨ ਤੁਸੀਂ ਆਪਦੀ ਚੇਅਰ ਤੇ ਬੜੇ ਆਰਾਮ ਨਾਲ ਬਹਿ ਸਕੋਗੇ, ਤੁਹਾਨੂੰ ਉਹ ਦਰਦ ਜਾਂ ਪੀੜ ਜਾਂ ਜਿਹੜੀ ਬਾਰ ਬਾਰ ਜਲਣ ਹੁੰਦੀ ਉਹ ਨਹੀਂ ਹੋਏ ਜੀ। ਜੀ ਜੂਟਰਿਸ ਫਾਈਬਰੋਡਸ ਕੋਈ ਬਿਮਾਰੀ ਹੈ ਜੀ, ਉਹਦੇ ਬਾਰੇ ਪੁੱਛਿਆ। ਹਾਂਜੀ
ਯੂਟਰਿਸ ਫਾਈਬਰਡ ਕੁਛ ਲਿਖ ਕੇ ਭੇਜਿਆ ਜੀ ਉਹਨਾਂ ਨੇ ਸੱਜਣ ਨੇ ਜੀ। ਵੇਖੋ ਸੁਖਨਾਬ ਜੀ, ਉਹ ਜਿਹੜੇ ਨੇ ਇੱਕ ਤਾਂ ਅੰਦਰ ਹੁੰਦੇ ਨੇ ਜੀ, ਇੱਕ ਬਾਹਰ ਏ ਜਿਹਨੂੰ ਪਾਣੀ ਵਾਲੀਆਂ ਕਹਿੰਦੇ ਨੇ ਜੀ। ਜਿਹੜੇ ਲਾ ਲੋ ਵੀ ਸਾਡੀਆਂ ਹੁਣ ਖਾਦ ਖੁਰਾਕਾਂ ਤੇ ਖਾਸ ਕਰਕੇ ਜਿਹੜੀਆਂ ਹੁਣ ਬੀਬੀਆਂ ਸਾਡੀਆਂ ਬੱਚੀਆਂ ਇਹ 12-14 ਜਾਂ 15 ਸਾਲ ਜਾਂ 20 ਸਾਲ ਤੱਕ ਨੇ, ਤੇ ਉਹਨਾਂ ਨੂੰ ਇਹ ਸਗੋਂ ਆਮ ਚੀਜ਼ ਹੈਗੀ ਜਿਹਨੂੰ ਪਾਣੀ ਵਾਲੀਆਂ ਰਸੌਲੀਆਂ ਡਾਕਟਰਾਂ ਦੇ ਜੀ। ਤਾਂ ਉਹਦੇ ਲਈ ਵੇਖੋ ਨਿੱਕੀ ਜੀ ਗੱਲ ਆ, ਬਿਲਕੁਲ ਨਾ ਘਬਰਾਓ, ਤੁਹਾਡਾ ਬੱਚਾ ਜਿਹੜਾ ਹੈ ਮੰਨ ਕੇ ਚਲੋ ਕਿ 2 ਜਾਂ 3 ਮਹੀਨੇ ਦੇ ਵਿੱਚ ਬਿਲਕੁਲ ਉਹ ਠੀਕ ਠਾਕ ਹੋ ਜਾਏਗਾ। ਕਰਨਾ ਕੀ ਤੁਸੀਂ ਵੇਖੋ, ਲੈਣਾ ਕਲਮੀ ਛੋਰਾ, ਜੌ ਖਾਰ, ਸੁਹਾਗਾ, ਤੁਸੀਂ 3 ਕਰਕੇ ਵੀ ਵਿੱਚ ਪਾ ਸਕਦੇ ਹੋ। ਪਰ ਜੇ ਜਿਸ ਬੱਚੇ ਦਾ ਇਮਿਊਨ ਸਿਸਟਮ ਠੀਕ ਹੈ, ਕੰਟਰੋਲ ਚ ਆ, ਪਾਵਰ ਚ ਆ, ਉਹਨੂੰ ਤੁਸੀਂ ਬਿਨਾਂ ਖੇਲ ਤੋਂ ਵੀ ਪਾ ਸਕਦੇ ਹੋ। ਫਿਰ ਜੰਗ ਹਰੜ ਦਾ ਪਾਊਡਰ ਏ, ਧਨੀਏ ਦਾ ਪਾਊਡਰ ਏ ਤੇ ਸੁੰਢ ਦਾ ਪਾਊਡਰ ਏ, ਇਹ ਤਾਂ ਸਾਰੀਆਂ ਚੀਜ਼ਾਂ ਆਪਾਂ 20-20 ਗ੍ਰਾਮ ਲੈਣੀਆਂ, ਵਿੱਚ ਸਿੱਕੀ ਦੀ ਨੀਂ ਸ਼ਰਾਦਰ ਜਿਹੜਾ ਹੈ ਉਹ ਸਿਰਫ 10 ਗ੍ਰਾਮ ਪਾਉਣਾ। ਇਹ ਸਾਰੀਆਂ ਚੀਜ਼ਾਂ ਨੂੰ ਲਾ ਕੇ ਤੁਸੀਂ 1 ਮਹੀਨੇ ਦੇ ਵਿੱਚ ਜਿਹੜਾ 16-17 ਸਾਲ ਦਾ ਬੱਚਾ ਹੈ ਜਾਂ ਅੱਗੇ ਉਹ ਬੀਬੀ 22 ਜਾਂ 24 ਜਾਂ 30 ਸਾਲ ਤੱਕ ਦੀ ਹੋ ਗਈ ਏ, ਚਾਹੇ ਉਹ ਅੰਦਰ ਵੜ ਗਈਆਂ ਨੇ ਚਾਹੇ ਉਹ ਬਾਹਰ ਪਾਣੀ ਵਗ ਗਈਆਂ ਨੇ, ਇੱਕ ਰਾਤ ਤੁਸੀਂ ਖਾ ਲਓ 1 ਮਹੀਨੇ ਦੇ ਵਿੱਚ 15-20 ਦਿਨ ਵੇਟ ਕਰੋ, ਫਿਰ ਤੁਸੀਂ ਆਪਦਾ ਟੈਸਟ ਕਰਾਓ। ਜੇ ਤਾਂ ਉਹ ਰਹਿ ਗਈਆਂ ਨੇ ਤੇ ਦੁਬਾਰਾ ਫਿਰ ਇਸ ਤਰ੍ਹਾਂ ਸਲੋ ਕਰਕੇ ਮਹੀਨੇ ਚ ਨੂੰ ਆਪੇ ਹੀ ਡਿਵਾਈਡ ਕਰ ਲਓ। ਇਹਦੇ ਨਾਲ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਜਾਂ ਗਊ ਦੇ ਦੁੱਧ ਦੀ ਕੱਚੀ ਲੱਸੀ, ਤੇ ਜਾਂ ਹੁਣ ਜਿਵੇਂ ਗਾਜਰਾਂ ਦਾ ਸੀਜ਼ਨ ਆ ਜਾਣਾ, ਗਾਜਰਾਂ ਦਾ ਜੂਸ ਤੁਸੀਂ ਰੱਜ ਕੇ ਪੀਓ। ਬਿਲਕੁਲ ਇਸ ਚੀਜ਼ ਤੋਂ ਘਬਰਾਉਣਾ, ਸਾਡੀਆਂ ਬਿਨਾਂ ਕਿਸੇ ਆਪਰੇਸ਼ਨ ਤੋਂ ਬਿਨਾਂ ਕਿਸੇ ਸਹਾਇਤਾ ਤੋਂ ਆਪਰੇਟ ਕਰਾਇਆ, ਆਪਦਾ ਇਹ 100-50 ਦੀ ਚੀਜ਼ ਆ ਤੇ ਤੁਸੀਂ ਬਿਲਕੁਲ ਠੀਕ ਹੋ ਸਕਦੇ। ਇੱਕ ਹੋਰ ਸਵਾਲ ਹੈ ਜੀ, ਕਹਿੰਦੇ ਰੋਟੀ ਖਾਣ ਤੋਂ ਬਾਅਦ ਲੀਵਰ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਜੀ। ਉਹ ਸੁਖਨਾਬ ਜੀ, ਜਿਹੜਾ ਰੋਟੀ ਤੋਂ ਬਾਅਦ ਲੀਵਰ ਦੇ ਵਿੱਚ ਦਰਦ ਹੋਣਾ, ਜਾਂ ਤਾਂ ਉਹ ਲੀਵਰ ਫੈਟੀ ਹੋ ਗਿਆ, ਚਾਹੇ ਲੀਵਰ ਦਾ ਸਾਈਜ਼ ਵੱਧ ਹੋ ਗਿਆ, ਤੇ ਜਾਂ ਉਹਦੇ ਵਿੱਚ ਸੂਖਮ ਧਾਗੇ ਵਰਗੀਆਂ ਨਾੜਾਂ ਨੇ, ਕੋਈ ਨਾ ਕੋਈ ਜਿਹੜਾ ਲੀਵਰ ਆ ਉਹ ਫੰਕਸ਼ਨ ਘੱਟ ਕਰਨ ਲੱਗ ਪਿਆ, ਜਿਸ ਕਰਕੇ ਉੱਥੇ ਦਰਦ ਹੁੰਦੀ ਹੈ। ਉਹ ਤਾਂ ਬੰਦਾ ਜੇ ਲਗਾਤਾਰ ਥੋੜਾ ਚਿਰ ਸਿੱਧਾ ਹੋ ਕੇ ਬਹਿ ਵੀ ਜਾਏਗਾ ਚੇਅਰ ਤੇ ਤਾਂ ਵੀ ਉਹਦੀਆਂ ਬੱਕੀਆਂ ਦੇ ਵਿੱਚ ਦੋਨਾਂ ਸਾਈਡਾਂ ਚ ਭੀੜ ਭੱਜ ਜਾਏਗੀ, ਕਿਉਂਕਿ ਲੀਵਰ ਕੰਮ ਨਹੀਂ ਕਰ ਰਿਹਾ, ਉਸ ਫੂਡ ਨੂੰ ਐਡਜਸਟ ਨਹੀਂ ਕਰਾਉਂਦਾ ਪਿਆ। ਸੋ ਇਹਦੇ ਲਈ ਸਭ ਤੋਂ ਵਧੀਆ ਤੇ ਆ ਵੀ ਜਿਹੜਾ ਕਲੌਂਜੀ, ਜਿਹੜਾ ਬਲੈਕ ਸੀਡ ਆਇਲ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਉਹ ਆਨਲਾਈਨ ਇੱਥੇ ਦਾ ਐਮਾਜ਼ੋਨ ਤੋਂ ਵੀ ਹੋ ਜਾਂਦਾ, ਪਰ ਇੰਡੀਆ ਦਾ ਉਹ ਪ੍ਰੋਡਕਟ ਆ ਉਸ ਤੋਂ ਵੀ ਆਮ ਮਿਲ ਸਕਦਾ। ਤੁਸੀਂ 6 ਬੂੰਦਾਂ ਤੋਂ ਲੈ ਕੇ 10 ਬੂੰਦਾਂ ਤੱਕ ਠੰਡੇ ਦੁੱਧ ਚ, ਪਹਿਲੋ ਦੁੱਧ ਨੂੰ ਭਾਵੇਂ ਉਬਾਲੋ ਫਿਰ ਉਹਨੂੰ ਠੰਡਾ ਕਰ ਦਿਓ, ਠੰਡੇ ਦੁੱਧ ਦੇ ਵਿੱਚ ਲੈਣ ਦਾ ਇਹ ਕਾਰਨ ਆ, ਜੇ ਕਿਤੇ ਤੁਹਾਡੇ ਅੰਦਰ ਤੇਜ਼ਾਬ ਬਣਦਾ ਜਿਹਨੂੰ ਐਸਿਡ ਕਹਿੰਦੇ ਆ, ਜਾਂ ਦਸਤ ਨੇ ਪੀਤਾ ਤੁਹਾਡੇ ਅੰਦਰ ਉਹ ਖੱਟਾ ਜਿਹਾ ਇੱਕ ਲਾਵਾ ਆਉਂਦਾ ਬਹੁਤ, ਉਹ ਭੈੜਾ ਕਸੈਲਾ ਲੱਗਦਾ, ਉਹ ਵੀ ਖਤਮ ਹੋ ਜਾਏਗਾ। ਤੇ ਜਿਹੜਾ ਵਿੱਚ ਤੁਸੀਂ ਕਲੌਂਜੀ ਦਾ ਤੇਲ ਪਾ ਕੇ ਇਸ ਤਰ੍ਹਾਂ ਲੈਂਦੇ ਹੋ, ਤੁਹਾਡਾ ਲੀਵਰ ਵੀ ਫੰਕਸ਼ਨ ਪੂਰੇ ਕਰੇਗਾ। ਜੇ ਫਰਜ ਕਰੋ ਤੁਸੀਂ ਉਹਨੂੰ ਨਹੀਂ ਸਵਾਦੀ ਸਮਝਦੇ, ਤੇ ਫਿਰ ਦਾਲਚੀਨੀ ਤੇ ਕਲੌਂਜੀ ਜਿਹਨੂੰ ਸੈਣਾ ਮੌਣ ਕਹਿੰਦੇ ਆ, ਤੇ ਕਲੌਂਜੀ ਉਹਨੂੰ ਬਰੋਬਰ ਰਗੜ ਕੇ 100-100 ਗ੍ਰਾਮ ਲੈ ਲਓ, ਉਹ ਅੱਧੇ ਛੋਲਿਆਂ ਦੇ ਦਾਣੇ ਤੋਂ ਲੈ ਕੇ ਛੋਲਿਆਂ ਦੇ ਦਾਣੇ ਜਿੰਨੀ, ਜਾਂ ਚਿੱਟੇ ਛੋਲਿਆਂ ਦੇ ਦਾਣੇ ਜਿੰਨੀ, ਜਾਂ ਮੱਕੀ ਦੇ ਦਾਣੇ, ਜ਼ਿਆਦਾ ਤੋਂ ਜ਼ਿਆਦਾ ਇੰਨੀ ਤੁਸੀਂ ਲੈ ਸਕਦੇ ਹੋ, ਸ਼ਹਿਦ ਚ ਮਿਕਸ ਕਰਕੇ ਲਵੋ, ਜੇ ਕੋਈ ਸ਼ੂਗਰ ਸ਼ਾਗਰ ਨਾਲੇ ਤੇ ਤੁਸੀਂ ਮਲਾਈ ਚ ਜਾਂ ਮੱਖਣ ਦੇ ਵਿੱਚ ਉਹਨੂੰ ਪਾ ਕੇ ਲਪੇਟ ਕੇ ਲੈਣਾ ਸ਼ੁਰੂ ਕਰ ਦਿਓ, ਤੇ ਤੁਹਾਡਾ ਲੀਵਰ ਜਿਹੜਾ ਹੈ ਉਹ ਤਾਂ ਵੀ ਠੀਕ ਹੋ ਜਾਏਗਾ। ਜੇ ਡਾਕਟਰ ਤੁਹਾਨੂੰ ਆਉਂਦਾ ਵੀ ਤੁਹਾਡਾ ਲੀਵਰ ਜ਼ਿਆਦਾ ਡੈਮੇਜ ਹੋਇਆ ਹੈ, ਲੀਵਰ ਤੁਹਾਡਾ ਜੀ ਤਾਕੀ ਹੋ ਗਿਆ ਜੀ, ਸੋ ਫਿਰ ਉਹਦੇ ਲਈ ਤੁਸੀਂ ਜਿਹੜਾ ਅੱਗੇ ਆਪਾਂ ਹੀ ਦੱਸਿਆ ਜੀ, ਪਨੀਰ ਡੋਡੀਆ, ਇਸਲਾ ਤੀਨ, ਚੁਰੈਤਾ ਤੇ ਪਿੱਤ ਪਾਪੜਾ, ਇਹ ਚਾਰੇ ਚੀਜ਼ਾਂ ਬਰੋਬਰ 1 ਚਮਚਾ ਰੋਜ਼ ਰਾਤ ਨੂੰ ਕੱਚ ਦੇ ਗਲਾਸ ਚ ਪਿਆਉਂਦਿਆ ਕਰੋ, ਸਵੇਰੇ ਉਹਨੂੰ ਬੋਇਲ ਕਰੋ, ਤੇ ਜਦੋਂ 2 ਘੁੱਟਾਂ ਰਹਿ ਜੇ ਕੰਟੀਨਿਊ ਉਹਨੂੰ ਪੀਣਾ ਸ਼ੁਰੂ ਕਰ ਦਿਓ, ਤੇ ਤਾਂ ਵੀ ਤੁਸੀਂ ਇਸ ਲੀਵਰ ਦੇ ਰੋਗ ਤੋਂ ਸਦਾ ਵੀ ਬਚ ਸਕਦੇ ਹੋ, ਤੇ ਫੂਡ ਤੁਹਾਨੂੰ ਪ੍ਰੋਪਰ ਜਿਹੜਾ ਉਹ ਹਜਮ ਹੋਣਾ ਸ਼ੁਰੂ ਹੋ ਜਾਏਗਾ, ਡਕਾਰ ਨਹੀਂ ਆਉਂਦਾ। ਸੋ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਜੀ ਕਿ ਲਗਾਤਾਰ ਜਿਹੜੇ ਤੁਸੀਂ ਫੋਨ ਕਰ ਰਹੇ ਹੋ ਪਲੀਜ਼ ਹਜੇ ਫੋਨ ਨਾ ਕਰੋ, ਕਿਉਂਕਿ ਸਵਾਲ ਸਾਡੇ ਕੋਲ ਜਿਹੜੇ ਹੈਗੇ ਪਹਿਲਾਂ ਅਸੀਂ ਉਹ ਪੁੱਛਾਂਗੇ, ਉਸ ਤੋਂ ਬਾਅਦ ਤੁਹਾਡਾ ਕੋਈ ਸਵਾਲ ਹੋਊਗਾ ਤਾਂ ਅਸੀਂ ਉਸ ਦੇ ਉੱਤੇ ਅਨਾਊਂਸ ਕਰ ਦਿਆਂਗੇ।
ਤੁਸੀਂ ਉਦੋਂ ਕਾਲ ਕਰ ਸਕਦੇ ਹੋ ਔਰ ਬਿਹਤਰ ਕਿ ਤੁਸੀਂ ਸਾਨੂੰ ਮੈਸੇਜ ਹੀ ਕਰ ਦਿਓ, ਟੈਕਸਟ ਮੈਸੇਜ ਕਰੋ ਤਾਂ ਉਹ ਸਵਾਲ ਨਾਲ ਦੀ ਨਾਲ ਪੁੱਛ ਲਈ। ਇੱਕ ਸਵਾਲ ਹੈ ਜੀ ਕੇਸ ਝੜਨ ਦੇ ਬਾਰੇ, ਝੜਨ ਤੋਂ ਰੋਕਣ ਦੇ ਬਾਰੇ। ਜੀ ਸੁਖਨਾਇਬ ਜੀ, ਕੇਸ ਝੜਨ ਦੇ ਜਿਹੜੇ ਨੇ ਰੀਜ਼ਨ ਤਾਂ ਬਹੁਤ ਹੁੰਦੇ ਨੇ, ਪਰ ਰੀਜ਼ਨਾਂ ਨੂੰ ਆਪਾਂ ਨਾ ਗਿਣਾਈਏ, ਆਪਾਂ ਸਿਰਫ ਤੇ ਸਿਰਫ ਇਹਨਾਂ ਦੱਸੀਏ ਵੀ ਤੁਸੀਂ ਕੇਸ ਝੜਨ ਤੋਂ ਇਹਨਾਂ ਨੂੰ ਕਿਵੇਂ ਰੋਕ ਸਕਦੇ ਹੋ। ਸਭ ਤੋਂ ਵਧੀਆ ਤੇ ਆ ਜੀ ਕਿ ਆਪਣਾ ਦੇਸੀ ਫਾਰਮੂਲਾ, ਸਰੋਂ ਦਾ ਤੇਲ ਆਮ ਪਿੰਡਾਂ ਚ ਜਾਂ ਘਰਾਂ ਚ ਜਾਂ ਸਰੋਂ ਬੀਜ ਕੇ ਆਪਾਂ ਆਪ ਹੀ ਬਣਵਾ ਲੈਂਦੇ ਹਾਂ, ਉਦੋਂ ਮੌਕੇ ਤੇ ਖੋਲੂਆਂ ਤੋਂ ਕਢਵਾਉਂਦੇ ਹਾਂ। ਸਰੋਂ ਦਾ ਤੇਲ ਲੈ ਲਓ ਅੱਧਾ ਕਿਲੋ, ਤਿੰਨ ਚਮਚੇ ਵਿਚ ਰਾਈ ਦੇ ਪਾਓ, ਤਿੰਨ ਚਮਚੇ ਵਿਚ ਕਲੌਂਜੀ ਪਾਓ ਜਿਹੜੇ ਟੇਬਲ ਸਪੂਨ ਨੇ, ਤੇ ਤਿੰਨ ਚਮਚੇ ਤੁਸੀਂ ਮੇਥਰਿਆਂ ਦੇ, 20 ਜਾਂ 25 ਗੁਰਬੰਦੀ ਬਦਾਮ ਕੱਟ ਕੇ ਵਿਚ ਪਾ ਦਿਓ, ਸਲੋ ਅੱਗ ਤੇ ਉਹਨਾਂ ਨੂੰ ਕਾੜੋ। ਜਦੋਂ ਤੁਹਾਡੇ ਬਦਾਮ ਜਿਹੜੇ ਨੇ ਉਹ ਕਾਲੇ ਹੋ ਜਾਣਗੇ, ਤੇ ਤੇਲ ਨੂੰ ਚੰਗੀ ਤਰ੍ਹਾਂ ਭੁੰਨ ਲਓ, ਭੁੰਨ ਕੇ ਉਹ ਵਿਚੋਂ ਉਹ ਤਾਂ ਕੱਢ ਦਿਓ, ਕਿਸੇ ਸ਼ਹੀ ਪਾਓ। ਜਿਵੇਂ ਬੀੜੀਆਂ ਕੱਟ ਕੇ ਪਹਿਲਾਂ ਚੱਸ ਕੇ ਲਾਉਂਦੇ ਹੁੰਦੇ ਸਾ, ਇੱਕ ਬੀਬੀ ਨੇ ਪੀੜਾ ਮੰਜੇ ਤੇ ਬਹਿ ਜਾਣਾ, ਦੂਜੀ ਨੇ ਅੱਗੇ ਪੀੜੀ ਤੇ ਬੈਠੇ ਹੋਣਾ ਤੇ ਬੜੇ ਪ੍ਰੇਮ ਨਾਲ ਸਿਰ ਚ ਲਵਾਉਣਾ। ਜੇ ਵੀਰ ਦੇ ਵਿਚ ਤੁਸੀਂ 2 ਜਾਂ 3 ਵੇਰਾ, ਉਹ ਤਾਂ ਤੁਹਾਡੀ ਹਿੰਮਤ ਹੈ, ਜਿੰਨੀ ਵੀਰਾਂ ਤੁਸੀਂ ਲਾਉਂਦੇ ਹੋ, ਜਿਹੜੇ ਝੜ ਗਏ ਨੇ ਉੱਥੇ ਉਹ ਵੀ ਉੱਗ ਜਾਣਗੇ, ਤੇ ਜਿਹੜੇ ਹੈਗੇ ਨੇ ਉਹ ਵੀ ਸਿਲਕੀ ਤੇ ਲੰਮੇ ਵੀ ਹੋ ਜਾਣਗੇ। ਤੇ ਜੇ ਸਮਝਦੇ ਹੋ ਵੀ ਬਿਲਕੁਲ ਉਹ ਵੀ ਐਨ ਵਧੀਆ ਨਾਲ ਕਾਲੇ ਵੀ ਹੋ ਜਾਣ, ਤੇ ਫਿਰ ਜਿਵੇਂ ਤੁਸੀਂ ਆਪ ਗੁਰਬੰਦੀ ਬਦਾਮ ਲੈ ਕੇ, ਦੂਜੇ ਬਦਾਮ ਨੀ, ਉਹਨਾਂ ਚ ਤੇਲ ਘੱਟ ਹੁੰਦਾ, ਨਾਲੇ ਉਹ ਮੈਡੀਸਨ ਚ ਇੰਨਾ ਕੰਮ ਨਹੀਂ ਦਿੰਦੇ। ਗੁਰਬੰਦੀ ਬਦਾਮ ਦੀ ਕੁਆਲਿਟੀ ਜਿਹੜਾ ਹੈ ਆਮ ਬਦਾਮਾਂ ਨਾਲੋਂ ਸੁਪੀਰੀਅਰ ਹੁੰਦੀ ਹੈ। ਉਹਦੇ ਵਿਚ 1 ਕਿਲੋ ਚੋਂ 1 ਪਾਈਆ ਤਕਰੀਬਨ ਜਿਹੜਾ ਹੈ ਬਦਾਮ ਰੋਗਨ, ਜਿਹਨੂੰ ਬਦਾਮ ਦਾ ਤੇਲ ਆਪਾਂ ਕਹਿ ਸਕਦੇ ਹਾਂ, ਉਹ ਨਿਕਲ ਆਉਂਦਾ। ਸੋ ਉਹ ਤੇਲ ਕਢਾਓ, 1 ਪਾਈਆ ਦਾ ਜਿਵੇਂ ਉਹ ਲੈ ਲਓ, 1 ਪਾਈਆ ਤੁਹਾਡੇ ਇੰਡੀਆ ਦਾ ਹੀ ਪ੍ਰੋਡਕਟ ਆ, ਤੁਸੀਂ ਔਲੇ ਦਾ ਤੇਲ ਵੀ ਲੈ ਲਓ, ਤੇ 1 ਪਾਈਆ ਜਿਹੜਾ ਕੋਕੋ ਦਾ ਤੇਲ ਆ ਜਿਹਨੂੰ ਕੋਕੋਨਟ ਆਇਲ ਕਹਿੰਦੇ ਆ, ਉਹ ਤੁਸੀਂ ਲੈ ਕੇ ਬਣਾ ਕੇ ਰਲਾ ਲਓ, ਰਲਾ ਕੇ ਤੁਸੀਂ ਸਿਰ ਦੇ ਵਿਚ ਲਾਓ ਬਾਅਦ ਚ, ਕਿਉਂਕਿ ਜਿਹੜਾ ਸਰੋਂ ਦਾ ਤੇਲ ਕੱਲਾ ਲੱਗਿਆ ਹੈ ਉਹ ਕਈ ਆਉਂਦੇ ਨੇ ਜੀ ਮੈਨੂੰ ਸਮੈਲ ਆਉਂਦੀ, ਸੋ ਉਹਦੇ ਨਾਲ ਨਾਲ ਤਾਂ ਤੁਹਾਡੀ ਸਮੈਲ ਠੀਕ ਹੋ ਜਾਏਗੀ, ਨਾਲੇ ਤੁਹਾਡੇ ਕੰਟੀਨਿਊ ਲਾਓ, ਤੁਹਾਡੇ ਵਾਲ ਵੀ ਕਾਲੇ ਹੋ ਜਾਣਗੇ, ਤੇ ਨਾਲੇ ਬਿਲਕੁਲ ਜਿਹੜੇ ਝੜ ਗਏ ਨੇ ਉਹ ਵੀ ਉੱਗਣਗੇ, ਤੇ ਵਾਲ ਕਾਲੇ ਵੀ ਹੋ ਜਾਣਗੇ, ਸਿਲਕੀ ਤੇ ਲੰਮੇ ਵੀ ਹੋ ਜਾਣਗੇ, ਜਿੰਨੇ ਮਰਜ਼ੀ ਜੇ ਵਾਲ ਵਧਾ ਲਓ। ਇੱਕ ਸਵਾਲ ਹੈ ਜੀ, ਇਹ ਕੁਦਰਤੀ ਪ੍ਰਣਾਲੀ ਜੀ, ਜੋੜਾਂ ਦੇ ਦਰਦ ਦੇ ਵਾਸਤੇ ਸਵਾਲ ਹੈ ਜੀ, ਕਹਿੰਦੇ ਸੋਜ ਵੀ ਰਹਿੰਦੀ ਹੈ ਜੋੜਾਂ ਚ ਤੇ ਦਰਦ ਵੀ ਹੁੰਦਾ। ਦੇਖੋ ਸੁਖਨਾਇਬ ਜੀ, ਜਿਹੜਾ ਜੋੜਾਂ ਦਾ ਦਰਦ ਰਹਿਣਾ, ਸੋਜ ਰਹਿਣੀ ਏ, ਆਪਣੇ ਪੀੜ ਹੁੰਦੇ ਰਹਿਣੇ, ਇਹ ਚੀਜ਼ ਜ਼ਿਆਦਾ ਜਿਹਨੂੰ ਆਪਾਂ ਆ ਵੀ ਮੇਰਾ ਯੂਰੀਆ ਵੱਧ ਗਿਆ, ਜਿਹਨੂੰ ਆਮ ਪੰਜਾਬੀ ਚ ਉਹ ਯੂਰਿਕ ਐਸਿਡ ਨਾਲ ਰਿਲੇਟਡ ਹੋ ਸਕਦਾ, ਪੀ ਐਸ ਆਰ ਬੋਡੀ ਦੇ ਵਿਚ ਵੱਧ ਜੇ, ਉਹ ਵੀ ਇਹਦੇ ਗੈਠੀਏ ਵਰਗੀ ਕਿਸਮ ਏ, ਤੇ ਉਹਦੇ ਨਾਲ ਹੋ ਸਕਦਾ, ਤੇ ਆਰ ਫੈਕਟਰ ਜੇ ਤੁਹਾਡਾ ਵੱਧ ਜੇ ਤੇ ਉਹਦੇ ਨਾਲ ਵੀ ਹੋ ਸਕਦਾ। ਵੈਸੇ ਵੀ ਤੁਹਾਡੇ ਅੰਦਰ ਜੇ ਵਾਈ ਬਾਤੀ ਜਿਹੜੀ ਬਲਗਮ ਆ, ਜਿਵੇਂ ਥੁੱਕਣਾ ਹੈ ਬੰਦੇ ਦੇ ਗਲ ਚ, ਇਸ ਤਰ੍ਹਾਂ ਹੁੰਦਾ ਵੀ ਜਿਵੇਂ ਬਲਗਮ ਜੀ ਫਸ ਗਈ, ਇਹ ਤਾਂ ਵੀ ਨੀ ਹੋ ਸਕਦਾ। ਸੋ ਇਹਦੇ ਲਈ ਸਾਰੀਆਂ ਚੀਜ਼ਾਂ ਦਾ ਜਿਹੜਾ ਹੱਲ ਆ ਉਹ ਤੁਸੀਂ ਕਾਲੀ ਮਿਰਚ, ਸੁੰਡ, ਅਜਵੈਣ, ਜੀਰਾ, ਇੰਗ, ਦਾਲਚੀਨੀ, ਵੱਡੀ ਇਲਾਚੀ, ਮਾਘ, ਲੌਂਗ, ਜੈਫਲ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਬਰੋਬਰ ਜਿਵੇਂ 20-20 ਗ੍ਰਾਮ ਲੈ ਕੇ ਰਲਾ ਲਓ, ਵਿੱਚ ਤੁਸੀਂ ਲੋੜ ਅਨੁਸਾਰ ਕਾਲਾ ਲੂਣ ਜਿਹੜਾ ਉਹ ਪਾ ਸਕਦੇ ਹੋ, ਤੇ ਲਗਾਤਾਰ ਜਦੋਂ ਵੀ ਪ੍ਰਸ਼ਾਦਾ ਛਕਣਾ, ਵੇਖੋ ਦਿਨ ਚ 2 ਵਾਰਾਂ ਦਾ ਤਕਰੀਬਨ ਹਰੇਕ ਕੋਈ ਛਕਦਾ, ਚਾਹੇ 1 ਖਾਵੇ ਚਾਹੇ 2 ਖਾਵੇ, 10 ਕੁ ਮਿੰਟ ਪਹਿਲੋ ਲੈ ਲਓ, ਅੱਧੇ ਛੋਲਿਆਂ ਦੇ ਦਾਣੇ ਜਿੰਨੀ ਜਾਂ ਛੋਲਿਆਂ ਦੇ ਦਾਣੇ ਜਿੰਨੀ ਤੁਸੀਂ ਲਗਾਤਾਰ ਖਾਓ। ਦੂਸਰੀ ਗੱਲ ਹੈ ਵੀ ਜੇ ਅਗਰ ਠੰਡਾ ਕੋਈ ਕੋਲਡ ਡਰਿੰਕ ਦੇ ਸ਼ੌਕੀਨ ਹੋ ਉਹ ਛੱਡ ਜਾਓ, ਤੁਸੀਂ ਜੇ ਚੌਲ ਖਾ ਲੈਂਦੇ ਹੋ ਜਾਂ ਮਾਂਹ ਛੋਲਿਆਂ ਦੀ ਦਾਲ ਖਾਂਦੇ ਹੋ ਜਾਂ ਲੱਸੀ ਏ ਜਾਂ ਦਹੀਂ ਏ, ਉਸ ਚਿਰ ਲਈ ਉਹ ਛੱਡ ਜਾਓ, ਤਿਆਗ ਕਰ ਦਿਓ, ਤੇ ਤੁਸੀਂ ਇਹ ਜੋੜਾਂ ਦੀਆਂ ਪੀੜਾਂ ਤੋਂ ਜਾਂ ਸੋਜ ਤੋਂ ਬਿਲਕੁਲ ਜਿਹੜੇ ਆਪਦੇ ਆਪ ਨੂੰ ਜ਼ਾਹਿਰ ਕਰ ਸਕਦੇ ਜੀ, ਤੇ ਨਾਲ ਥੋੜਾ ਜਿਹਾ ਪਰਹੇਜ਼ ਵੀ ਕਰੋ, ਜਿਹਨਾਂ ਦੇ ਇਲਾਜ ਨਾਲੋਂ ਪਰਹੇਜ਼ ਚੰਗਾ, ਤੇ ਦੇਸੀ ਇਹ ਚੀਜ਼ ਆ। ਹਾਂ ਇਹਨਾਂ ਜ਼ਰੂਰ ਆ ਕਿ ਤੁਹਾਨੂੰ 10 ਦਿਨਾਂ ਦੀ ਬਜਾਏ ਮਹੀਨੇ ਚ ਅਸਰ ਹੋ ਜਾਏ ਜਾਂ 2 ਚ,
ਪਰ ਇਹਦਾ ਸਾਈਡ ਇਫੈਕਟ ਕੋਈ ਨੀ ਤੇ ਇਲਾਜ ਪਰਮਾਨੈਂਟ ਜੀ। ਯੂਰੀਆ ਦੇ ਬਾਰੇ ਤੁਸੀਂ ਲਗਭਗ ਦੱਸ ਦਿੱਤਾ, ਇਹੋ ਜਿਹਾ ਸਵਾਲ ਸਾਡੇ ਕੋਲ ਆਇਆ ਸੀਗਾ ਜੀ ਇੱਕ ਹੋਰ, ਤੇ ਉਹ ਕਹਿੰਦੇ ਆ ਕਿ ਮੂੰਹ ਵੀ ਪੱਕਿਆ ਹੋਇਆ ਤੇ ਸ਼ੂਗਰ ਦੀ ਦਵਾਈ ਚ ਜਿਹੜੀ ਫਟਕੜੀ ਪਾਉਣੇ ਜੀ ਖਿੱਲ ਕਰਕੇ, ਉਹਦੇ ਬਾਰੇ ਦੱਸਿਓ ਕਿ ਖਿੱਲ ਕਿਵੇਂ ਕਰਨੀ ਹੈ ਤੇ ਉਹ ਕਿਵੇਂ ਕਿਵੇਂ ਵਰਤਣੀ ਹੈ। ਜੀ ਜਿਹੜੀ ਵੇਖੋ ਫਟਕੜੀ ਸਿੱਧੀ ਖਿੱਲ ਕਰਕੇ ਖਾਣੀ ਹੈ ਜੀ, ਉਹ ਤਾਂ ਨੀ ਮੈਂ ਕਦੀ ਕਹਿੰਦਾ, ਪਰ ਮੇਰੇ ਫਟਕੜੀ ਖਿੱਲ ਨੂੰ ਸ਼ਾਇਦ ਦੂਜੇ ਭਾਵੇਂ, ਕਿਉਂਕਿ ਜਿਹੜੀ ਫਟਕੜੀ ਨੂੰ ਖਿੱਲ ਕਰਕੇ ਵੀ ਖਾਣਾ ਹੈ ਨਾ, ਲੰਮੇ ਸਮੇਂ ਤੇ ਉਹ ਵੀ ਤੁਹਾਡੇ ਕਿਡਨੀਆਂ ਤੇ ਇਫੈਕਟ ਪਾਉਂਦੀ ਹੈ। ਪਰ ਜਿਹੜੀ ਆਪਾਂ ਘਿਓ ਦੇ ਵਿੱਚ ਜਿਹੜਾ ਅੱਧਾ ਕਿਲੋ ਘਿਓ ਮੈਲਟ ਕਰਕੇ ਤੇ ਅੱਧਾ ਕਿਲੋ ਘਿਓ ਜਿਹਦੇ ਵਿੱਚ ਬੇਸਣ ਭੁੰਨ ਕੇ ਉਹ ਬੇਸਣ ਫਰਕੜੀ ਵਾਲੀ ਦਵਾਈ ਬਣਾਉਣੇ ਆ, ਅਗਰ ਜੇ ਉਹ ਘਿਓ ਦੇ ਵਿੱਚ ਭੁੱਜੀ ਜਿਹੜੀ ਉਹ ਫਰਕੜੀ ਦੇ, ਉਹ ਤੁਸੀਂ ਛੋਲਾਂ ਦੇ ਦਾਣੇ ਜਿੰਨੀ ਕਿਤੇ ਚੋੜਾਂ ਪੀੜਾਂ ਤੋਂ ਜਾਂ ਦਰਦਾਂ ਤੋਂ ਖਾਂਦੇ ਆ ਤੇ ਉਹ ਤੁਹਾਨੂੰ ਕੰਮ ਦੇ ਸਕਦੀ ਹੈ। ਸੋ ਭਰਾਓ ਜਿਹੜੀ ਫਰਕੜੀ ਏ ਤੁਹਾਨੂੰ ਕੋਈ ਵੀ ਏ ਜਾਂ ਯੂਟਿਊਬ ਤੇ ਕਈਆਂ ਨੇ ਜੀ ਪਾਈ ਏ, ਉਸ ਬਾਰੇ ਤਾਂ ਮੈਂ ਨੀ ਜਾਣਦਾ, ਪਰ ਮੈਂ ਇੰਨਾ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਆਪਦੀ ਸਮਝ ਮੁਤਾਬਕ, ਜਿਹੜੀ ਫਰਕੜੀ ਇਸ ਤਰ੍ਹਾਂ ਸਿੱਧੀ ਖਿੱਲ ਕੀਤੀ ਏ ਉਹ ਤੁਸੀਂ ਨਾ ਖਾਇਆ ਕਰੋ। ਜਿਵੇਂ ਇੰਡੀਆ ਦੇ ਵਿੱਚ ਵੇਖੋ ਦਵਾਈਆਂ ਵੇਚਣ ਮਾਰੇ ਪ੍ਰੋਡਕਟਾਂ ਵਾਲਿਆਂ ਨੇ ਬਹੁਤ ਕੁਛ ਲਾਇਆ, ਕਿਉਂਕਿ ਉਹਨਾਂ ਨੂੰ ਪੈਸੇ ਦੀ ਲੋੜ ਆ, ਉਹਨੂੰ ਤੁਹਾਡੀ ਲੋੜ ਨੀ ਹੈਗੀ, ਉਹਨਾਂ ਨੂੰ ਆਪਦੇ ਬਿਜਨਸ ਦੀ ਲੋੜ ਆ। ਸੋ ਇਹ ਜੇ ਬਿਜਨਸਮੈਨਾਂ ਦੀਆਂ ਐਡਵਰਟਾਈਜਮੈਂਟਾਂ ਤੋਂ ਤੁਸੀਂ ਬਚ ਕੇ ਆਪਦੇ ਸਿਹਤ ਪ੍ਰਤੀ ਖਿਆਲ ਰੱਖਿਆ ਕਰੋ। ਜਿਵੇਂ ਗੁੜਮਾਰ ਬੂਟੀ ਏ, ਕਈ ਵੈਦਾਂ ਕੋਲ ਜਾਂਦੇ ਹੋ ਜਿਵੇਂ ਇਹ ਬਿਲਕੁਲ ਸੋਲਾ ਨੇ ਗੱਲ ਟੁੱਕਦੀ ਏ, ਹੁਣ ਵੀ ਸੀ ਪਹਿਲੋਂ ਵੀ ਸੀ, ਨੀਮ ਹਕੀਮ ਖਤਰਾ ਜਾਨ, ਤੁਸੀਂ ਸੁਣ ਕੇ ਜਦੋਂ ਵੀ ਕੋਈ ਆਉਂਦੇ ਜੀ ਆਹ ਯੂਟਿਊਬ ਤੇ ਪਾਇਆ ਸੀ ਤੇ ਫਲਾਣੀ ਜਗ੍ਹਾ ਤੇ ਪਾਇਆ ਸੀ ਅਜਿਹੇ ਜੀ ਉੱਥੋਂ ਤੇ ਸੁਣ ਕੇ ਖਾ ਲਿਆ, ਭਾਈ ਮੇਰੀ ਤਾਂ ਬੇਨਤੀ ਜੇ ਪ੍ਰਵਾਨ ਕਰੋਗੇ ਇਸ ਤਰ੍ਹਾਂ ਸੁਣ ਕੇ ਜਾਂ ਦੱਸੀ ਦਸਾਈ, ਜਿੰਨਾ ਚਿਰ ਤੁਹਾਨੂੰ ਥੋੜਾ ਬਹੁਤਾ ਆਪ ਜਾਣਕਾਰੀ ਨਹੀਂ ਜਾਂ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਨਹੀਂ, ਇਸ ਤਰ੍ਹਾਂ ਚੀਜ਼ ਜਿਹੜੀ ਏ ਤੁਸੀਂ ਯੂਟਿਊਬਾਂ ਤੇ ਪਾਈ ਜਾਂ ਉਸ ਤਰ੍ਹਾਂ ਪਾਈ, ਇਹ ਜੀ ਸੁਣੀ ਸੁਣਾਈ ਚੀਜ਼ ਨਾ ਖਾਇਆ ਕਰੋ। ਹਾਂ ਜੇ ਤੁਹਾਨੂੰ ਕੋਈ ਸਮਝੇ ਜੇ ਕੋਈ ਫਲਾਣਾ ਬਚਿਆ ਜਾਂ ਉਸ ਤਰ੍ਹਾਂ ਤੇ ਉਹ ਜਿਹੀਆਂ ਚੀਜ਼ਾਂ ਜ਼ਰੂਰ ਖਾ ਲਓ, ਪਰ ਜਿਹੜੀ ਮੈਂ ਗੁੜਮਾਰ ਬੂਟੀ ਬਾਰੇ ਤੁਹਾਨੂੰ ਜਾਣਕਾਰੀ ਦੱਸ ਰਿਹਾ ਉਹ ਇਸ ਦੱਸਣਾ ਕਿ ਵੇਖੋ ਗੁੜਮਾਰ ਬੂਟੀ ਅਗਰ ਜੇ ਤੁਸੀਂ ਮੂੰਹ ਚ ਪਾ ਕੇ ਉਹਨੂੰ ਨਗਾ ਵੀ ਲਓਗੇ ਤਾਂ ਕੋਈ ਚੀਜ਼ ਮਿੱਠੀ ਖਾਓ ਤੁਹਾਨੂੰ ਮਿੱਠੀ ਵੀ ਸਾਬਤ ਨਹੀਂ ਹੋਣੀ, ਲੇਕਿਨ ਕੁਛ ਕੁ ਦਿਨਾਂ ਦੇ ਵਿੱਚ ਜਿਵੇਂ ਕਈ ਵਿੱਚ ਗੋਲੀਆਂ ਲਾ ਕੇ ਪਿੱਛੇ ਜੇ ਇੱਕ ਬੜਾ ਪ੍ਰੋਡਕਟ ਤੁਹਾਡੇ ਇੰਡੀਆ ਦਾ ਵੇਖਦਾ ਸੀ ਉਹ ਜੀ ਇੰਨੀਆਂ ਦਿਨਾਂ ਦੇ ਵਿੱਚ ਸ਼ੂਗਰ ਹਟਾ ਦਿੰਦੇ ਨੇ, ਉਹ ਸ਼ੂਗਰ ਜੀ ਦੋ ਦਿਨ ਖਾਧੀ ਤੀਜੇ ਦਿਨ ਪਾਓ ਕੇ ਸ਼ੂਗਰ ਨਹੀਂ ਰਹੀ, ਇਹ ਵਾਕਿਆ ਗੱਲ ਠੀਕ ਹੋ ਸਕਦੀ ਸ਼ੂਗਰ ਨਹੀਂ ਪਰ ਉਹਦੇ ਸਾਈਡ ਇਫੈਕਟ ਬਹੁਤ ਸੀ, ਜਿਹੜੀ ਗੁੜਮਾਰ ਬੂਟੀ ਉਹ ਪਾਓ ਕੇ ਤੁਹਾਡੀਆਂ ਕਿਡਨੀਆਂ ਜਾਂਦੀਆਂ ਲੱਗਣਗੀਆਂ, ਤੁਹਾਡਾ ਲੀਵਰ ਜਾਂਦਾ ਲੱਗੇਗਾ। ਸੋ ਮੈਂ ਕਿਸੇ ਨੂੰ ਡਰਾਉਂਦਾ ਨੀ, ਕਿਸੇ ਨੂੰ ਨਹੀਂ, ਸਿਰਫ ਤੇ ਸਿਰਫ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ, ਕਰਿਆ ਜੇ ਜੋ ਤੁਹਾਡੀ ਮਰਜ਼ੀ, ਪਰ ਇਹਨਾਂ ਚੀਜ਼ਾਂ ਤੋਂ ਇਹ ਜਿਹਾ ਤੋਂ ਸੁਣੀਆਂ ਸੁਣਾਈਆਂ ਤੋਂ ਜ਼ਰੂਰ ਬਚ ਕੇ ਰਿਹਾ ਜੀ। ਔਰ ਮੈਂ ਨਾਲ ਇਹ ਵੀ ਸਲਾਹ ਦੇ ਦਿਆਂ ਜੀ ਤੁਹਾਨੂੰ ਸਾਰਿਆਂ ਨੂੰ ਕਿ ਕਈ ਵਾਰੀ ਅਸੀਂ ਇੱਕ ਕੋਈ ਨੁਸਖਾ ਜਿਹੜੇ ਉਹ ਦੱਸਦੇ ਨੇ ਪਰਸ਼ੋਤਮ ਜੀ ਜਾਂ ਹੋਰ ਵੀ ਸ਼ਖਸੀਅਤਾਂ ਵਾਰ ਵਾਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਆਉਂਦੀਆਂ, ਜਦੋਂ ਕੋਈ ਗੱਲ ਦੱਸਿਆ ਜਾਂ ਤਾਂ ਤੁਸੀਂ ਉਹਦਾ ਕਾਪੀ ਪੈਨ ਨੇੜੇ ਰੱਖ ਲਿਆ ਕਰੋ ਜਾਂ ਤੁਸੀਂ ਉਹਨੂੰ ਕਲਿੱਪ ਨੂੰ ਰਿਕਾਰਡ ਕਰ ਸਕਦੇ ਹੋ, ਤੇ ਤੀਸਰਾ ਆਪਸ਼ਨ ਇਹ ਹੁੰਦਾ ਕਿ ਤੁਸੀਂ ਦੁਬਾਰਾ ਪ੍ਰੋਗਰਾਮ ਹੈ ਜਿਹੜਾ ਸੁਣ ਸਕਦੇ ਹੋ ਸਾਊਂਡ ਕਲਾਊਡ ਦੇ ਉੱਤੇ ਪਾਇਆ ਵਾ ਹੁੰਦਾ ਜਾਂ ਯੂਟਿਊਬ ਦੇ ਉੱਤੇ ਵੀ ਇਹੋ ਜਿਹੇ ਪ੍ਰੋਗਰਾਮ ਅਸੀਂ ਪਾਉਂਦੇ ਰਹਿੰਦੇ ਹਾਂ। ਸਾਡੇ ਵਾਸਤੇ ਪੋਸੀਬਲ ਨਹੀਂ ਹੁੰਦਾ ਕਿ ਅਸੀਂ ਇੱਕੋ ਨੁਸਖੇ ਨੂੰ ਜੇ ਵਾਰ ਵਾਰ ਪੁੱਛਦੇ ਹਾਂ ਨਾ ਫਿਰ ਉਹਦਾ ਇਹ ਹੈ ਦੋਸਤੋ ਕਿ ਸਵਾਲ ਹੋਰ ਵੀ ਬੜੇ ਹੁੰਦੇ ਆ ਤੇ ਲੋਕ ਵੀ ਇਰੀਟੇਟ ਹੋ ਜਾਂਦੇ ਕਿ ਗੱਲਾਂ ਆ ਰਹੀ ਹੈ ਜਿਹੜੀਆਂ ਰਿਪੀਟ ਹੋ ਰਹੀਆਂ। ਹਾਂਜੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਜ਼ਰੂਰ ਹੈ ਜਿਹੜੀ ਆਮ ਹੁਣ ਲੋਕਾਂ ਵੱਲੋਂ ਦੱਸਣ ਚਾਹੀਏ, ਵੇਖੋ ਆਪਾਂ ਦੱਸਦੇ ਹਾਂ ਐਪਲ ਸਾਈਡਰ ਵਿਨੇਗਰ ਲਓ ਇਹ ਤੁਹਾਡਾ ਮੋਟਾਪਾ ਘੱਟ ਗਿਆ, ਪਰ ਐਪਲ ਸਾਈਡਰ ਵਿਨੇਗਰ ਦੋ ਚਮਚੇ ਤੁਸੀਂ ਜਦੋਂ ਜੀ ਕਰਦਾ ਠੰਡੇ ਪਾਣੀ ਵਿੱਚ ਲੈ ਲੈਂਦੇ ਹੋ ਜਾਂ ਜਿਸ ਤਰ੍ਹਾਂ ਵੀ ਤੁਸੀਂ ਲੈਂਦੇ ਹੋ, ਗਰਮ ਜੇ ਵਾਟਰ ਨਾਲ ਲੈ ਲੈਂਦੇ ਹੋ, ਰੋਟੀ ਖਾਣ ਤੋਂ ਬਾਅਦ ਲੈ ਲੈਂਦੇ ਹੋ, ਉਹਦਾ ਕੋਈ ਤੁਹਾਨੂੰ ਫਾਇਦਾ ਸ਼ਾਇਦ ਜ਼ਰੂਰ ਹੁੰਦਾ ਹੈਗਾ ਥੋੜਾ ਬਹੁਤਾ, ਪਰ ਪੱਕੇ ਤੌਰ ਤੇ ਤੁਸੀਂ ਉਹਦਾ ਲਾਹ ਨਹੀਂ ਲੈ ਸਕਦੇ। ਜੇ ਐਪਲ ਸਾਈਡਰ ਵਿਨੇਗਰ ਦੋ ਚਮਚੇ ਵਿੱਚ ਦੋ ਚਮਚੇ ਨਿੱਘਾ ਪਾਣੀ ਪਾਓ, ਸਵੇਰੇ ਸਵੇਰੇ ਤੁਸੀਂ ਉਹਨੂੰ ਪੀਓ, ਉਸ ਤੋਂ ਬਾਅਦ ਜਿੰਨਾ ਮਰਜ਼ੀ ਜੇ ਗਰਮ ਪਾਣੀ ਤੁਹਾਡੀ ਬੋਡੀ ਚੱਲਦੀ ਉਹਨੂੰ ਪੀਓ, ਜਿੰਨਾ ਨਿੱਘਾ ਪੀ ਸਕਦੇ ਹੋ, ਉਹਦਾ ਕਾਰਨ ਇਹ ਹੋਏਗਾ ਤੁਹਾਡਾ ਥਾਇਰਾਇਡ, ਤੁਹਾਡਾ ਸਰਵਾਈਕਲ, ਤੁਹਾਡਾ ਹਾਈ ਬਲੱਡ ਪ੍ਰੈਸ਼ਰ, ਤੁਹਾਡਾ ਕਬਜ਼, ਇਹ ਚੀਜ਼ਾਂ ਬਿਲਕੁਲ ਜੜ੍ਹ ਤੋਂ ਢਾਉਣ ਦੀ ਉਹ ਪਾਵਰ ਰੱਖਦਾ। ਪਰ ਜੇ ਇਸ ਤਰ੍ਹਾਂ ਲਿਆ ਤਾਂ ਵੇਖੋ ਜਿਵੇਂ
ਅੱਜ ਮੈਂ ਤੁਹਾਨੂੰ ਇੱਕ ਮਿਸਾਲ ਦੱਸਣਾ, ਇੱਕ ਜਿਹਨੂੰ ਨਹੀਂ ਤਜਰਬਾ, ਅਣ ਤਜਰਬੇ ਵਾਲਾ ਬੰਦਾ, ਇੱਕ ਜੱਟ ਨੇ ਤਾਂ ਘੜਾ ਪਾਇਆ 5 ਕਿਲੋ ਗੁੜ ਪਾ ਦਿੱਤਾ, ਉਹਨੇ ਹੱਥ ਰੋਜ਼ ਮਾਰਿਆ ਵਿੱਚ ਚੰਗੀ ਉਹਨੇ ਈਸਟ ਪਾ ਲਈ ਜਾਂ ਕੋਈ ਜੀ ਚੀਜ਼ ਪਾ ਲਈ, ਤਾਂ ਉਹਨੇ ਆਪਦੀ ਮਿਹਨਤ ਰਾਉਣ ਦੇ ਵਿੱਚੋਂ 5 ਦੀਆਂ 6 ਪੁਤਲਾਂ ਖੜਤੀਆਂ। ਤੇ ਦੂਜੇ ਨੇ ਕੀ ਕੀਤਾ, ਉਹਨੇ 5 ਕਿਲੋ ਗੁੜ ਵੀ ਪਾਇਆ, ਘੜਾ ਵੀ ਉਹ ਯੂਜ ਕੀਤਾ, ਪਾਣੀ ਵੀ ਪਾਇਆ, ਉਹਦੇ ਵਿੱਚ ਇੱਕ ਪਊਆ ਵੀ ਨੀ ਨਿਕਲਦਾ। ਕੀ ਕਾਰਨ ਹੋਇਆ? ਕਾਰਨ ਉਹਦੀ ਸਥਿਤੀ ਠੀਕ ਨੀ। ਸੋ ਜਿਹੜੀ ਚੀਜ਼ ਵੇਖੋ ਬੋਲ ਕੇ ਦੱਸਦੇ ਆ, ਜੇ ਨਹੀਂ ਸਮਝ ਲੱਗੀ ਦੁਬਾਰਾ ਰਿਪੀਟ ਸੁਣ ਲਿਆ ਕਰੋ ਜਾਂ ਦੁਬਾਰਾ ਪੁੱਛ ਲਿਆ ਕਰੋ, ਕਿਉਂਕਿ ਇੱਕ ਇੱਕ ਨੁਕਤੇ ਨਾਲ ਜਿਹੜੀ ਦੇਸੀ ਚੀਜ਼ ਹੈ ਇਹਦਾ ਅਣੋ ਪਾਣ ਬਹੁਤ ਜ਼ਿਆਦਾ ਬਦਲ ਜਾਂਦਾ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦੱਸਦਾ, ਕੌਰ ਤੁਮਾ, ਕੌਰ ਤੁਮੇ ਦਾ ਪਾਊਡਰ ਬੰਦੇ ਦੀ ਸਿਹਤ ਵਿੱਚ ਬਹੁਤ ਹੀ ਗੁਣਕਾਰੀ ਚੀਜ਼ ਹੈ, ਕਿਉਂਕਿ ਅੰਦਰੋਂ ਵਾਈ ਪਾਤੀ ਸਬਜ਼ੀ ਨੂੰ ਬਿਲਕੁਲ ਜੜ ਤੋਂ ਕੱਢਣ ਦੀ ਪਾਵਰ ਰੱਖਦਾ। ਪਰ ਕੌਰ ਤੁਮਾ ਜੇ ਤੁਸੀਂ ਉਹਨੂੰ ਨਿੱਘੇ ਪਾਣੀ ਨਾਲ ਲੈਟਾ, ਤੁਹਾਨੂੰ ਲੈਟਰੀਨ ਲੱਗਦੀਆਂ ਨੇ ਇੱਕ ਜਾਂ ਦੋ ਜਾਂ ਤੀਜੀ ਵਾਰ, ਨਾਲ ਦੀ ਨਾਲ ਠੰਡਾ ਪਾਣੀ ਪੀ ਲਓ ਤੇ ਲੈਟਰੀਨ ਖਤਮ ਹੋ ਜਾਂਦੀ ਹੈ। ਪਰ ਉਹੀ ਤੁਮਾ ਜੇ ਤੁਸੀਂ ਠੰਡੇ ਪਾਣੀ ਨਾਲ ਪੀਤਾ ਤੇ ਗਰਮ ਪਾਣੀ ਲੈ ਲਓ ਤੇ ਦਾਖਲ ਹੋਣਗੀਆਂ, ਜੇ ਠੰਡਾ ਪੀਤੀ ਜਾਓਗੇ ਠੰਡਾ ਨਾਲ ਹੋਰ ਪੀਓਗੇ ਤੇ ਤੁਹਾਨੂੰ ਵੱਧ ਤਾਂ ਆ ਸਕਦੀ ਨੇ ਹੱਟਣੀਆਂ ਨੇ। ਇਹ ਚੀਜ਼ ਕੀ ਚੀਜ਼ ਤਾਂ ਉਹ ਇੱਕ ਹੀ ਸੀ, ਖਾਣ ਦਾ ਸਿਰਫ ਅੰਦਰ ਪਾਣ ਦਾ ਤਰੀਕਾ ਵਾ। ਸੋ ਉਸ ਤਰੀਕੇ ਨਾਲ ਉਸ ਸਥਿਤੀ ਨਾਲ ਉਸ ਚੀਜ਼ ਨੂੰ ਲਵੋ ਤੇ ਤੁਸੀਂ ਆਪਦੇ ਆਪ ਬਿਲਕੁਲ ਸੁਖਨਾਬ ਉਹ ਕਈਆਂ ਦੀਆਂ ਬਾਹਾਂ ਚ ਵੀ ਬਣ ਜਾਂਦੀਆਂ ਨੇ, ਲੱਤਾਂ ਚ ਵੀ ਬਣ ਜਾਂਦੀਆਂ ਨੇ, ਜਿਹਨੂੰ ਡਾਕਟਰ ਲੋਕ ਕਹਿੰਦੇ ਨੇ ਵੀ ਜਿਹਨੂੰ ਇਹਦੇ ਤਕਲੀਫ਼ ਕੋਈ ਨੀ, ਉਹਦੀ ਚਰਬੀ ਜੀ ਬਣ ਗਈ ਏ, ਇਹ ਨਾ ਹਟਣਾ ਨੀ ਗਾ, ਉਹ ਅਟਕਦੀਆਂ। ਦੇਖੋ ਸਭ ਤੋਂ ਵਧੀਆ ਤੇ ਆ ਵੀ ਜਿਵੇਂ ਕੁਆਰ ਗੰਦਲ ਆ ਜਿਹਨੂੰ ਐਲੋਵੇਰਾ ਆਪਾਂ ਕਹਿੰਦੇ ਹਾਂ, ਉਹਦਾ ਚਿੱਠਾ ਗੁੱਦਾ ਕੱਢ ਲਓ। ਜੇ ਤੁਸੀਂ ਉਸ ਤਰ੍ਹਾਂ ਤਾਂ ਕੋਈ 2-4 ਚਮਚੇ ਲੈ ਸਕਦੇ ਹੋ ਤੇ ਇਸ ਤਰ੍ਹਾਂ ਲੈ ਲਓ, ਨਹੀਂ ਤਾਂ ਗੁੱਦਾ ਉਹ ਕੱਲਾ ਵਿੱਚ ਭੁੰਨ ਕੇ ਮਾੜਾ ਜਿਹਾ ਵਿੱਚ ਠਿੰਡਾ ਪਾ ਲਓ ਫਰਾਈ ਪੈਨ ਦੇ ਵਿੱਚ, ਉਹਨੂੰ ਗਰਮ ਕਰ ਲਓ। ਤੁਸੀਂ 3 ਜਾਂ 4 ਚਮਚੇ 2 ਚਮਚੇ ਜਿੰਨਾ ਕੁ ਤੁਹਾਡੀ ਬੋਡੀ ਬਣਦੀ ਹੈ ਇੰਨਾ ਕੁ ਖਾਓ ਤੇ ਉਹ ਗੰਢਾਂ ਤੁਹਾਡੀਆਂ ਨੇ ਉਹ ਸਹੀ ਤਰੀਕੇ ਨਾਲ ਆਪੇ ਹੀ ਠੀਕ ਹੋ ਜਾਣਗੀਆਂ। ਤੇ ਨਹੀਂ ਤਾਂ ਪਹਿਲੋਂ ਜਿਹੜਾ ਸੁਖਨਾਬ ਜੀ ਮੈਂ ਬੋਲ ਕੇ ਦੱਸਿਆ, ਕਾਲੀ ਮਿਰਚ, ਸੁੰਡ, ਅਜਵਾਇਣ, ਜੀਰਾ, ਹਿੰਗ, ਦਾਲਚੀਨੀ, ਵੱਡੀ ਇਲਾਚੀ, ਲੌਂਗ ਤੇ ਜੈਫਲ, ਇਹ ਚੀਜ਼ਾਂ ਤੁਸੀਂ ਵਿੱਚ ਕਾਲਾ ਲੂਣ ਪਾ ਕੇ ਅਗਰ ਜੇ ਇਹ ਵੀ ਤੁਸੀਂ ਥੋੜਾ ਥੋੜਾ ਖਾਂਦੇ ਹੋ ਤੇ ਗੰਢਾਂ ਜਿਹੜੀਆਂ ਨੇ ਵਹਿਬਾਦੀ ਦੀਆਂ ਬਣੀਆਂ ਜਾਂ ਇਸ ਤਰ੍ਹਾਂ ਵਿੱਚ ਫੈਟ ਦੀਆਂ ਬਣੀਆਂ ਜਿਹੜੀਆਂ ਨੇ ਉਹ ਤਾਂ ਵੀ ਠੀਕ ਹੋ ਜਾਂਦੀਆਂ। ਲੇਕਿਨ ਇਹ ਦੇਸੀ ਚੀਜ਼ਾਂ ਨੇ, ਇਹਨੇ ਟਾਈਮ ਜ਼ਰੂਰ ਲੈਣਾ, ਮਹੀਨਾ ਵੀ ਲੱਗ ਸਕਦਾ, 2 ਵੀ ਲੱਗ ਸਕਦੇ ਨੇ, 3 ਵੀ ਲੱਗ ਸਕਦੇ ਨੇ, ਪਰ ਇਹ ਛੋਟੀ ਨਾਲ ਕਿ ਤੁਹਾਡੀ ਜਿਹੜੀ ਕੰਧ ਆ ਜਾਂ ਉਸ ਤਰ੍ਹਾਂ ਗਿਲਟੀਆਂ ਜਿਹੀਆਂ ਬਣੀਆਂ ਨੇ ਉਹ ਪ੍ਰੋਪਰ ਜ਼ਰੂਰ ਠੀਕ ਹੋ ਜਾਣਗੀਆਂ, ਤੁਹਾਡੀ ਸਕਿਨ ਵਧੀਆ ਹੋ ਜਾਏਗੀ। ਜੀ ਇੱਕ ਬਾਈ ਜੀ ਹੋਰ ਨੇ, ਉਹ ਕਹਿੰਦੇ ਜੀ ਮੇਰਾ ਕੰਮ ਇਹੋ ਜਿਹਾ ਕਿ ਮਿੱਟੀ ਘੱਟਾ ਜਿਹੜਾ ਸਾਹ ਰਾਹੀਂ ਮੂੰਹ ਚ ਚਲਾ ਜਾਂਦਾ ਜਾਂ ਨੱਕ ਦੇ ਵਿੱਚ ਚਲਾ ਜਾਂਦਾ ਤੇ ਸਵੇਰ ਵੇਲੇ ਨੱਕ ਦੇ ਵਿੱਚ ਮੈਲ ਬਹੁਤ ਸਾਰੀ ਜੰਮ ਪੈਂਦੀ ਹੈ। ਜੀ ਵੇਖੋ ਸੁਖਨਾਬ ਜੀ, ਜਿਵੇਂ ਪਹਿਲੋਂ ਆਪਾਂ ਜਦੋਂ ਟਰੈਕਟਰ ਵੀ ਨਹੀਂ ਸੀ ਤੇ ਕੋਈ ਹੋਰ ਸਾਧਨ ਨਹੀਂ ਸੀ ਤੇ ਕੱਲੇ ਬਲਦਾਂ ਨੂੰ ਕਣਕ ਦੇ ਉੱਤੇ ਫੇਰਦੇ ਹੁੰਦੇ ਸਨ ਤੇ ਉਦੋਂ ਕਰਦੇ ਕੀ ਸਰ, ਜਦੋਂ ਕੱਲੇ ਬਲਦ ਫੇਰ ਕੇ ਤੇ ਆਪਾਂ ਘਰ ਜਾਣਾ ਤੇ ਸਾਰੇ ਦਿਨ ਦੀ ਉਹ ਧੂੜ ਮਿੱਟੀ ਗਰਮੀ ਦੇ ਵਿੱਚ ਰੋਲਣਾ, ਤਾਂ ਆਪਾਂ ਨੂੰ ਫਿਰ ਕੀ ਆਉਂਦੇ ਹੁੰਦੇ ਸੀ ਵੀ ਬੀਬੀਆਂ ਜਾਂ ਵੱਡੇ ਜਾਂ ਸਿਆਣੇ ਇੱਥੇ ਉਹ ਗੁੜ ਖਾਣ ਨੂੰ ਦਿੰਦੇ ਹੁੰਦੇ ਸੀ ਵੀ ਤੂੰ ਗੁੜ ਖਾ ਲਾ, ਤੇ ਗੁੜ ਨਾਲ ਜਿਹੜਾ ਅੰਦਰ ਦਾ ਜਿਹੜਾ ਸਿਸਟਮ ਸੀ ਨਾ ਪਾਈਪ ਦਾ ਜਾਂ ਉਸ ਤਰ੍ਹਾਂ ਨੱਕ ਦਾ, ਚਲੋ ਬਲੋ ਕਰੋ ਕਿਸੇ ਸੋਫਟ ਜਿਹੀ ਨਾਲ ਜਾਂ ਨੱਕ ਦੇ ਵਿੱਚ ਪਾਣੀ ਹੈ ਉਹਨੂੰ ਸਾਫ਼ ਕਰ ਲਓ, ਲੇਕਿਨ ਜਿਹੜਾ ਤੁਹਾਡੇ ਅੰਦਰ ਡਸਟ ਉਹ ਨੱਕ ਰਹੀ ਧੂੜ ਚੜੀ ਗਈ ਏ ਉਹ ਇਸ ਤਰ੍ਹਾਂ ਸਾਫ਼ ਹੋ ਜਾਏਗਾ। ਇਹ ਤਾਂ ਇਹ ਆਪਣਾ ਪੁਰਾਣਾ ਤੇ ਦੇਸੀ ਫਾਰਮੂਲਾ। ਜੇ ਤੁਸੀਂ ਹੁਣ ਦੇ ਹਿਸਾਬ ਤੇ ਚਾਹੁੰਦੇ ਹੋ ਵੀ ਮੇਰਾ ਨੱਕ ਜਾਂ ਮੇਰੋ ਇਹਦੇ ਨਾਲ ਸਾਹ ਜਾਂ ਮੈਨੂੰ ਖੰਘ ਆਉਂਦੀ ਹੈ, ਤਾਂ ਫੇਰ ਤੁਸੀਂ ਵੇਖੋ ਜੀ ਇੱਕ ਪਾਈਆ ਜਿਹੜੀ ਕੁਆਰ ਗੰਦਲ ਆ ਉਹਦਾ ਪਾਣੀ ਕੱਢਣਾ ਹੈ ਤੇ ਉਹਨੂੰ ਮਿਕਸੀ ਦੇ ਵਿੱਚ ਗੁੱਦਾ ਕੱਢ ਕੇ ਗ੍ਰਾਇੰਡ ਕਰ ਲਓ, ਇੱਕ ਪਾਈਆ ਹੀ ਨਿੰਬੂ ਦਾ ਪਾਣੀ ਲੈ ਲਓ, ਇੱਕ ਪਾਈਆ ਹੀ ਅਦਰਕ ਦਾ ਪਾਣੀ ਲੈ ਲਓ, ਇੱਕ ਪਾਈਆ ਹੀ ਲਸਣ ਦਾ ਜਿਹਨੂੰ ਥੋਮ ਕਹਿੰਦੇ ਆ ਉਹਦਾ ਪਾਣੀ ਲੈ ਲਓ, ਇੱਕ ਪਾਈਆ ਵਿੱਚ ਐਪਲ ਸਾਈਡਰ ਵਿਨੇਗਰ, ਇਹ ਤੁਹਾਡੀ ਬਣ ਗਿਆ ਜੀ 5 ਪਾਈਏ।
ਪੱਚੀ ਵੀਹ ਗ੍ਰਾਮ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਆਪਣਾ ਦਾਲਚੀਨੀ, 20 ਗ੍ਰਾਮ ਹੀ ਵੱਡੀ ਇਲਾਚੀ, 20 ਗ੍ਰਾਮ ਹੀ ਸੁਹਾਗਾ, 20 ਗ੍ਰਾਮ ਹੀ ਸੋਏ, 20 ਗ੍ਰਾਮ ਹੀ ਜੁਆਇਨ ਤੇ 20 ਗ੍ਰਾਮ ਹੀ ਹਿੰਗ, ਉਹਨੂੰ ਸਲੋਹ ਅੱਗ ਤੇ ਕਾੜੋ। ਉਹ ਕੜਾਹ ਪ੍ਰਸ਼ਾਦ ਵਰਗਾ ਬਣ ਜਾਏਗਾ ਕਾੜਾ। ਜਦੋਂ ਕੜਾਹ ਪ੍ਰਸ਼ਾਦ ਵਰਗਾ ਕਾੜਾ ਬਣ ਸੁੱਤੇ ਨਾਲ, ਜਦੋਂ ਉਹ ਖੂਹ ਨਵਾਇਆ ਹੋ ਜਾਏ ਆਮ ਵਰਮ ਜਿਹਾ, ਉਹਦੇ ਵਿੱਚ ਇੱਕ ਪਾਈਏ ਤੋਂ ਲੈ ਕੇ ਅੱਧਾ ਕਿਲੋ ਤੱਕ ਤੁਸੀਂ ਵਿੱਚ ਹਣੀ ਜਿਹਨੂੰ ਸ਼ਹਿਦ ਕਹਿੰਦੇ ਆ ਉਹ ਰਲਾ ਸਕਦੇ ਹੋ। ਉਹਨੂੰ ਰਲਾ ਕੇ ਕਿਸੇ ਕੱਚ ਦੇ ਮਰਦਬਾਨ ਚ ਪਾ ਕੇ ਰੱਖ ਲਓ। ਕਦੀ ਵੀ ਤੁਹਾਨੂੰ ਸਾਹ ਜਾਂ ਖੰਘ ਜਾਂ ਬਲਗਮ ਜਾਂ ਲੈਟਰੀਨ ਪਾਈਪ ਦੇ ਵਿੱਚ ਕੋਈ ਇਨਫੈਕਸ਼ਨ ਜਾਂ ਤੁਹਾਨੂੰ ਬਲੱਡ ਆਉਂਦਾ ਹੈ ਜਾਂ ਨਾੜਾਂ ਤੁਹਾਡੀਆਂ ਘੂੰ ਘੂੰ ਕਰਕੇ ਬੋਲਦੀਆਂ ਨੇ ਜਾਂ ਤੁਹਾਡੇ ਫੇਫੜਿਆਂ ਨਾਲ ਕੋਰਿਲੇਟਡ ਹੈ ਜਾਂ ਤੁਹਾਡੇ ਫੇਫੜਿਆਂ ਦੇ ਵਿੱਚ ਪਾਣੀ ਪੈਣ ਲੱਗ ਪਿਆ, ਇਹ ਸਾਰਿਆਂ ਰੋਗਾਂ ਨੂੰ ਇਹ ਇਕੱਲੀ ਚੀਜ਼ ਬਿਲਕੁਲ ਜੜ ਤੋਂ ਹਟਾਉਣ ਦੀ ਪਾਵਰ ਰੱਖਦੀ ਹੈ। ਤੁਸੀਂ ਕਰੋ, ਪਰ ਥੋੜਾ ਲਵੋ, ਚਮਚੇ ਦੇ ਚੌਥੇ ਸਿਰ ਤੋਂ ਸਟਾਰਟ ਕਰੋ। ਸਵੇਰੇ ਨਿੱਘਾ ਪਾਣੀ ਲਵੋ, ਨਹੀਂ ਸਵੇਰੇ ਸਵੇਰੇ ਖਾ ਸਕਦੇ ਭਾਵੇਂ 11 ਵਜੇ 12 ਵਜੇ ਖਾ ਲਓ, ਤੇ ਤੁਸੀਂ ਇਹ ਸਾਰਿਆਂ ਰੋਗਾਂ ਤੋਂ, ਇਹਨਾਂ ਤੋਂ ਜੋ ਮੈਂ ਦੱਸੇ ਨੇ, ਇਹਨਾਂ ਤੋਂ ਬਿਲਕੁਲ ਆਪਦੇ ਆਪ ਨੂੰ ਰਿਲੀਫ ਦਵਾ ਸਕਦੇ ਜੀ। ਜੀ ਇੱਕ ਸਵਾਲ ਹੈ ਜੀ ਕਿ ਐਸਿਡ ਵਾਲੀ ਜਿਹੜੀ ਤੁਸੀਂ ਦਵਾਈ ਦੱਸੀ ਸੀ, ਕਹਿੰਦੇ ਕਿਵੇਂ ਖਾਣੀ ਹੈ ਤੇ ਕਿਵੇਂ ਸਟੋਰ ਕਰਨੀ ਹੈ, ਇਹ ਲਿਕਵਿਡ ਬਣੂਗੀ ਜਾਂ ਥਿਕ ਹੋਊਗੀ? ਜਿਹੜੀ ਜੀ ਜਿਹੜੀ ਹੁਣ ਦੱਸੀ ਜੀ ਜੀ ਇਸ ਬੁਨਿਆਦੀ ਜਿਸ ਤਰ੍ਹਾਂ ਆਪਾਂ ਮੰਨ ਕੇ ਚੱਲੋ ਕਿ ਗਾੜਾ ਸ਼ੈਂਪੂ ਟਾਈਪ ਜੀ ਹੋਏਗੀ, ਲਿਕਵਿਡ ਹੀ ਗਿਣ ਲਓ ਤੁਸੀਂ, ਪਰ ਇਹ ਬਹੁਤੀ ਪਤਲੀ ਨਹੀਂ ਹੁੰਦੀ, ਗਾੜੀ ਜੀ ਬਣੇਗੀ ਔਰ ਬੜੀ ਸਵਾਦੀ ਬਣ ਜਾਂਦੀ ਹੈ, ਬੜੀ ਟੇਸਟੀ ਬਣ ਜਾਂਦੀ ਹੈ। ਕੋਈ ਵੀ ਘਰ ਦੇ ਵਿੱਚ ਕੋਈ ਬਜ਼ੁਰਗ ਆ ਜਾਂ ਵੈਸੇ ਵੀ ਇਹ ਬਿਨਾਂ ਬਜ਼ੁਰਗੀ ਤੋਂ ਹੀ ਕਈਆਂ ਨੂੰ ਮਲੇਰੀਆ ਚੜਦਾ ਹੈ, ਫਿਰ ਟਾਈਫਾਈਡ ਬਣ ਗਿਆ, ਫਿਰ ਟੀਬੀ ਬਣ ਗਈ, ਉਹ ਖੰਘ ਦੇ ਰਹਿੰਦੇ ਨੇ, ਜਾਂ ਵੈਸੇ ਵੀ ਕਈਆਂ ਨੂੰ ਬਲਗਮ ਦੀ ਮਾਤਰਾ ਵੱਧ ਜਾਂਦੀ ਹੈ, ਕਈਆਂ ਦੇ ਸਿਰੋਂ ਨਜ਼ਲਾ ਕਿਰਨ ਕਰਕੇ ਜਿਹੜੀ ਛਾਤੀ ਦੇ ਰੋਗ ਬਣ ਜਾਂਦੇ ਨੇ, ਉਹ ਥੁੱਪ ਦੇ ਰਹਿੰਦੇ ਨੇ, ਬਲਗਮ ਆਉਂਦੀ ਰਹਿੰਦੀ ਆ, ਕਿਸੇ ਨੂੰ ਵੀ ਦੇ ਸਕਦੇ ਹੋ, ਪਰ ਇਹ ਲਿਕਵਿਡ ਬਣੇਗਾ ਜੀ, ਇਹ ਸੁੱਕੀ ਨਹੀਂ ਹੁੰਦੀ ਜੀ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਸਰੋਤਿਆਂ ਦੇ ਨਾਲ ਰੂਬਰੂ ਹੁੰਦੇ ਹੋ ਹਰੇਕ ਹਫ਼ਤੇ, ਅੱਜ ਫੇਰ ਸ਼ਾਮਲ ਹੋਏ ਹੋ ਸ਼ੋਅ ਦੇ ਵਿਚ, ਕਿਉਂਕਿ ਸਮਾਂ ਸਾਡੇ ਕੋਲ 1.5 ਮਿੰਟ ਬਚਿਆ। ਅਖੀਰ ਦੇ ਵਿਚ ਅਸੀਂ ਧੰਨਵਾਦ ਹੀ ਕਰ ਸਕਦੇ ਹਾਂ। ਕੁਝ ਸਰੋਤੇ ਆ ਜਿਹੜੇ ਤੁਹਾਡੇ ਤੋਂ ਜਾਣਨਾ ਚਾਹੁੰਦੇ ਹੁੰਦੇ ਕਿ ਢੁਕਵਾਂ ਸਮਾਂ ਕਿਹੜਾ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ, ਮੈਂ ਕਦੇ ਵੀ ਤੁਹਾਡਾ ਨੰਬਰ ਨਹੀਂ ਦਿੰਦਾ, ਕਦੇ ਤੁਸੀਂ ਕਿਸੇ ਦੇ ਨਾਲ ਪਰਸਨਲੀ ਗੱਲਬਾਤ ਕਰ ਸਕਦੇ ਹੋ ਜਾਂ ਨਹੀਂ? ਸੁਖਨਾਬ ਜੀ ਵੇਖੋ, ਮੈਂ ਇਹ ਨੀ ਕਿ ਮੈਂ ਕੋਈ ਬੜਾ, ਮੈਂ ਤਾਂ ਆਪ ਇੱਕ ਜਿਹਨੂੰ ਕਹਿ ਲਵੋ ਕਿ ਦੁਨੀਆਂ ਤਾਂ ਆਇਆ ਜਿਹੜੀ ਅਮਰੀਕਾ ਤੇਰੇ ਕੋਈ ਛਾਲਾ ਮਾਰਦੀ, ਆਪਾਂ ਇੱਕ ਮਜ਼ਦੂਰ ਆਦਮੀ ਆ, ਜ਼ਿਮੀਂਦਾਰ ਨਾਲ ਸੰਬੰਧਿਤ ਆ, ਕੋਈ ਆਪਾਂ ਡਾਕਟਰ ਨਹੀਂ, ਕੋਈ ਆਪਾਂ ਵੈਦ ਨਹੀਂ, ਕੋਈ ਆਪਾਂ ਕੀਮ ਨਹੀਂ, ਕੋਈ ਆਪਣੇ ਕੋਲ ਇਹ ਜਾ ਨਹੀਂ ਵੀ ਕੋਈ ਲੈਣਾ ਲਾ ਕੇ ਮਿਲਣ ਵਾਲੇ, ਉਹ ਜੇ ਆਪਾਂ ਡਾਕਟਰ ਨਹੀਂ ਹੈਗੇ। ਵੇਖੋ ਸੁਖਨਾਬ ਜੀ, ਮੈਂ ਸਾਰਿਆਂ ਨੂੰ ਟਾਈਮ ਦੇਣਾ, ਪ੍ਰਚਾਰਕ ਸਾਹਿਬ ਤਾਂ ਮੈਂ ਬਿਲਕੁਲ ਵੀ ਆਪਦਾ ਨਹੀਂ ਸੀ ਦੱਸਿਆ ਮੈਂ ਕੌਣ ਆ, ਕਿੱਥੋਂ ਬੋਲਣਾ, ਜਿੰਨੀ ਕਿਸੇ ਮੇਰੇ ਕੋਲ ਸੀ ਮੈਂ ਸੇਵਾ ਕਰਦਾ ਰਿਹਾ। ਤਾਂ ਹੁਣ ਜਿਹੜਾ ਕਈਆਂ ਜਗ੍ਹਾ ਤੋਂ ਮੇਰਾ ਜਿਹੜਾ ਉਹਨਾਂ ਨੇ ਪੇ ਕੀਤਾ, ਇਹ ਮੇਰਾ ਵਟਸਐਪ ਵਾਈਬਰ ਦਾ ਨੰਬਰ ਆ ਜਿਹੜਾ 4028820062, ਕੋਈ ਵੀ ਮੇਰੇ ਨਾਲ ਜਿਹੜੇ ਵਟਸਐਪ ਜਾਂ ਵਾਈਬਰ ਤੇ ਗੱਲ ਕਰ ਸਕਦਾ, ਪਰ ਇਹ ਗੂਗਲ ਦਾ ਨੰਬਰ ਆ, ਤੁਸੀਂ ਲਾਈਨ ਚ ਲੱਗ ਜਾਓਗੇ। ਵੇਖੋ ਜਿਵੇਂ ਪੰਜਾਬੀ ਦੀ ਕਹਾਵਤ ਇੱਕ ਵੀ ਮੈਂ ਲਿਆਜਣ ਜੱਗ ਸਵਾਲੀ, ਦੇਖੋ ਸਾਰੇ ਵਰਲਡ ਦੇ ਵਿੱਚ ਇਹਨਾਂ ਦਾ ਵੀ ਮੈਂ ਬੜਾ ਆ, ਵਡਿਆਈ ਤਾਂ ਉਸ ਅਕਾਲ ਪੁਰਖ ਦੀ, ਉਸ ਵਾਹਿਗੁਰੂ ਦੀ, ਪਰ ਉਹਨੇ ਇੰਨੀ ਬਖਸ਼ੀ ਕਿ ਉਹ ਸਹੀ ਸਹੀ ਨਾ ਚੱਲਦਾ ਚੱਲਦਾ ਅਮਰੀਕਾ ਕਨੇਡਾ ਦਾ ਕਿਸੇ ਉਹ ਸਾਰੇ ਵਰਲਡ ਚ ਉਹਨੇ ਆਪੇ ਹੀ ਪਲਾ ਦਿੱਤਾ। ਹਾਂਜੀ, ਮੈਂ ਤਾਂ ਕੁਛ ਨੀ ਕੀਤਾ, ਮੈਂ ਤਾਂ ਕੋਈ ਆਪਦੀ ਐਡਵਰਟਾਈਜ ਨੀ ਕੀਤੀ, ਕਿਸੇ ਨੂੰ ਕਿਹਾ ਨੀ ਮੇਰੇ ਫੋਨ ਤੇ ਮੇਰੇ ਨਾਲ ਗੱਲ ਕਰ ਲਿਆ ਕਰੋ ਜਾਂ ਮੈਨੂੰ ਦੱਸਿਆ ਕਰੋ। ਇਹ ਵੀ ਜੋ ਵਡਿਆਈਆਂ ਨੇ ਸਾਡੇ ਹੱਥ ਵਡਿਆਈਆਂ ਜਿਸ ਭਾਵੇ ਤਿਸਦੇ, ਇਹ ਉਹਨੂੰ ਪਾਉਂਦਾ ਸੀ ਤੇ ਉਹਨੇ ਆਪੇ ਹੀ ਮੈਨੂੰ ਦੇ ਦਿੱਤੀਆਂ ਨੇ, ਮੇਰਾ ਇਹਦੇ ਚ ਵੀ ਕੋਈ ਹੱਥ ਨਹੀਂ ਹੈਗਾ। ਮੈਂ ਸੁਖਨਾਬ ਜੀ 24 ਆਵਰ ਹੀ ਸੇਵਾ ਚ ਹਾਜ਼ਰ ਰਹਿੰਦਾ, ਸਾਲ ਡੇਢ ਤੋਂ ਮੈਂ ਕੋਈ ਕੰਮ ਨੀ ਕਰਦਾ, ਕੋਸ਼ਿਸ਼ ਤੇ ਮੈਂ ਕਰਨਾ ਹਰੇਕ ਦਾ ਪੂਰਾ ਅਟੈਂਡ ਕੀਤਾ ਜਾਏ, ਪਰ ਨੀਅਰ ਅਬਾਊਟ ਮੰਨ ਕੇ ਚੱਲੋ ਕਿ ਜੇ ਮੇਰੇ ਕੋਲ 1000 ਤੋਂ 800 ਤੋਂ ਲੈ ਕੇ 2000 ਰੋਜ਼ ਕਾਲਾਂ ਹੁੰਦੀਆਂ ਨੇ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਮੈਂ ਕਿੰਨਿਆਂ ਕੁ ਨਾਲ ਗੱਲ ਕਰ ਸਕਦਾ। ਪਰ ਜਿਵੇਂ ਲਾਈਨ ਚ ਲੱਗਾ ਕਈ ਤਾਂ ਫਿਰ ਬਹੁਤ ਹੀ ਥੱਲੇ ਰਹਿ ਜਾਂਦੇ ਨੇ, ਨਹੀਂ ਗੱਲ ਹੁੰਦੀ, ਪਰ ਜਿਨ੍ਹਾਂ ਦੀ ਕੋਈ ਐਮਰਜੈਂਸੀ ਗੱਲ ਹੁੰਦੀ ਹੈ, ਜਿਨ੍ਹਾਂ ਦੇ ਬੱਚੇ ਨਾਲ ਜਾਂ ਕੋਈ ਉਹਦੀ ਰਿਲੇਟਡ ਚੀਜ਼ ਹੁੰਦੀ ਹੈ, ਤੇ ਮੈਂ ਕੋਸ਼ਿਸ਼ ਕਰਨਾ ਕਿ ਵਿੱਚ ਭਰਿਆ ਤੇ ਮੈਂ ਉਹਨੂੰ ਭਾਵੇਂ ਮੈਂ ਰਾਤ 12 ਵਜੇ ਜਾਂ 2 ਵਜੇ ਰਾਤ, ਮੈਨੂੰ ਹੁਣ ਪਾਕਿਸਤਾਨ ਬੜੇ ਜਿਹੜੇ ਆਪਣੀ ਪੰਜਾਬੀ ਨੂੰ ਸਮਝਦੇ ਨੇ,
ਬੜੀ ਮੁਸਲਮਾਨ ਕੰਟਰੀ ਆ ਤੁਸੀਂ ਵਿਚਾਰੇ, ਫਿਰ ਉਹ ਪਿਆਰ ਕਰਦੇ ਨੇ, ਉਹ ਪੁੱਛਦੇ ਨੇ ਜਾਂ ਦੱਸਦੇ ਨੇ। ਮੈਂ ਰਾਤ ਮੈਨੂੰ ਘਰ ਦੇ ਸਕੂਲ ਲੱਗ ਗਿਆ ਜੀ, ਰਾਤ 2:12 ਤੇ ਉਹਨਾਂ ਦੀ ਕੱਲ ਆਈਆਂ, ਮੈਂ ਉਹਨਾਂ ਨੂੰ ਵੀ ਜਵਾਬ ਦਿੱਤਾ, ਉਹ ਕਿਹਾ ਵੀ ਤੁਸੀਂ ਸੌਣਾ ਨੀ, ਮੈਂ ਕਿਹਾ ਆਪੇ ਮਹਾਰਾਜ ਕਰੇਗਾ, ਉਹ ਸਭ ਕੁਛ ਹੋ ਗਏ। ਚੱਲ ਆਪਣਾ ਫਰਜ਼ ਹੈ, ਜੇ ਆਪਣੇ ਕੋਲ ਕੋਈ ਗੁਣ ਹੈ ਜਾਂ ਆਪਾਂ ਨੂੰ ਲੋਕ ਪੁੱਛਦੇ ਨੇ ਤੇ ਆਪਣੀ ਫਰਜ਼ ਬੰਦ ਆਪਾਂ ਸੇਵਾ ਕਰ ਦੀ। ਬਿਲਕੁਲ ਜੀ, ਸੋ ਕੋਈ ਆਪਣਾ ਬਹੁਤ ਮਿਹਰਬਾਨੀ ਜੀ, ਵੀ ਕਿਸੇ ਗੱਲ ਨਾਲ ਸਾਡੇ ਕੋਲੋਂ ਜੀ ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ ਤੁਹਾਡੇ ਪਿਆਰ ਦਾ। ਸੋ ਪਰਸ਼ੋਤਮ ਸਿੰਘ ਜੀ ਹੋਰਾਂ ਦੇ ਨਾਲ ਗੱਲ ਕਰਦੇ ਸੀਗੇ ਜੀ, ਸਮੇਂ ਦਾ ਪਤਾ ਨੀ ਲੱਗਦਾ ਜਦੋਂ ਇਹਨਾਂ ਨਾਲ ਗੱਲ ਹੁੰਦੀ ਹੈ ਤੇ ਸਮਾਂ ਥੋੜਾ ਜਿਹਾ ਬੀਤ ਗਿਆ, ਇਸ ਕਰਕੇ ਹੁਣੇ ਕਾਹਲੀ ਕਾਹਲੀ ਜਾਂਦੇ ਹਾਂ, ਕੱਲ ਫੇਰ ਮਿਲਾਂਗੇ, ਰੱਬ ਰਾਖਾ।